ਨਿਤ ਮਲੇ ਤੇਲ ਚਾਹੇ ਬੈਠਕਾਂ ਤੇ ਦੰਡ ਕੱਢੇ ਕਾਹਦਾ ਪਹਿਲਵਾਨ ਜਿਹੜਾ ਕੁਸ਼ਤੀ ਵਿਖਾਵੇ ਨਾ। ਹਾਸਿਆਂ ਦਾ ਬਾਦਸ਼ਾਹ ਲੋਕ ਚਾਹੇ ਕਹੀ ਜਾਵਣ, ਹਸਮੁਖ ਕਾਹਦਾ ਜਿਹੜਾ ਰੋਂਦੇ ਨੂੰ ਹਸਾਵੇ ਨਾ। ਵਸਣ ਲਈ ਕੋਠੀਆਂ ਤੇ ਕਾਰਾਂ ਚਾਹੇ ਹੋਣ ਥੱਲੇ, ਗੁਰਸਿੱਖ ਕਾਹਦਾ ਰੋਟੀ ਭੁੱਖੇ ਨੂੰ ਖਵਾਵੇ ਨਾ। ਅੱਖਾਂ ਉੱਤੇ ਐਨਕਾਂ ਤੇ ਹੱਥ ਵਿੱਚ ਨੋਟਬੁੱਕ, ਲਹਿਰੀ ਕਾਹਦਾ ਕਵੀ ਅਣਖ ਸੁੱਤੀ ਨੂੰ ਜਗਾਵੇ ਨਾ। ਸੁੱਤੀ ਹੋਈ ਅਣਖ ਨੂੰ ਜਗਾਉਣ ਵਾਸਤੇ ਅਲਫਾਜ਼ ਨਹੀਂ ਮੈਂ ਕਹਾਂ ਸਕਾਂ। ਸੋ ਅੱਜ ਨਹੀਂ ਹੈ ਸਾਨੂੰ ਬਾਬਰ ਤੇ ਔਰੰਗੇ ਦੀਆਂ ਤਲਵਾਰਾਂ ਤੋਂ ਖਤਰਾ, ਅੱਜ ਨਹੀਂ ਸਾਨੂੰ ਦਰਾਨੀ ਤੇ ਅਬਦਾਲੀ ਦੀਆਂ ਲੁੱਟਾਂ ਮਾਰਾਂ ਤੋਂ ਖਤਰਾ, ਅੱਜ ਨਹੀਂ ਇਹ ਲਾਲ ਸਿੰਘ ਤੇਜਾ ਸਿੰਘ ਧਿਆਨੇ ਦੇ ਯਾਰਾਂ ਤੋਂ ਖਤਰਾ, ਅੱਜ ਨਹੀਂ ਹੈ ਸਾਨੂੰ ਦਿੱਲੀ ਦੀਆਂ ਜ਼ਾਲਮ ਸਰਕਾਰਾਂ ਤੋਂ ਖਤਰਾ। ਡੇਂਜਰ ਕਿਉਂ ਲਿਖਿਆ, ਖਤਰਾ ਕਹਦਾ? ਕੋਈ ਖਤਰਾ ਨਹੀਂ ਸਾਨੂੰ ਆਪਣੇ ਦੁਸ਼ਮਣਾਂ ਤੋਂ, ਲੋਭੀ ਪ੍ਰਚਾਰਕਾਂ ਤੇ ਵਕਾਊ ਇਤਿਹਾਸਕਾਰਾਂ ਤੋਂ ਖਤਰਾ ਹੈ। ਸੱਭਿਆਚਾਰ ਦੇ ਜਿਹੜੇ ਨਾਂ ਤੇ ਗੰਦ ਬੋਲਣ ਆ ਜੋ ਨਾ ਕਲਾਕਾਰਾਂ ਤੋਂ ਖਤਰਾ ਹੈ। ਪੱਛਮੀ ਸਭਤਾ ਨੇ ਜਿੰਨਾ ਤੇ ਅਸਰ ਪਾਇਆ ਅੱਜ ਸਾਨੂੰ ਉਹਨਾਂ ਮਟਿਆਰਾਂ ਤੋਂ ਖਤਰਾ ਹੈ। ਕੰਨੀ ਵਾਲੀਆਂ ਤੇ ਸਿਰਾਂ ਤੇ ਟੋਪੀਆਂ ਨੇ ਸਾਨੂੰ ਆਪਣੇ ਹੀ ਬਰਖਰਦਾਰਾਂ ਤੋਂ ਖਤਰਾ ਹੈ। ਮਾਇਆ ਲੈ ਕੇ ਖਬਰਾਂ ਜੋ ਲਾ ਦਿੰਦੇ ਅੱਜ ਸਾਨੂੰ ਉਹਨਾਂ ਪੱਤਰਕਾਰਾਂ ਤੋਂ ਖਤਰਾ ਹੈ। ਕਾਲੇ ਸੀਸੇ ਅੱਜ ਜਿਹੜੇ ਲੋਕ ਬੈਠੇ ਨੇ ਅੱਜ ਸਾਨੂੰ ਉਹਨਾਂ ਬਾਜ਼ਾਰਾਂ ਤੋਂ ਖਤਰਾ ਹੈ। ਭਰੂਣ ਹੱਤਿਆ ਕਰਨ ਨੂੰ ਜੋ ਨਹੀਂ ਹਟਦੇ, ਸਭ ਤੋਂ ਵੱਡਾ ਉਹਨਾਂ ਪਰਿਵਾਰਾਂ ਤੋਂ ਖਤਰਾ ਹੈ ਜਿਨ੍ਹਾਂ ਕੌਮ ਦੀ ਬੇੜੀ 'ਚ ਪਾਏ ਵੱਟੇ। ਸਾਨੂੰ ਆਪਣੇ ਹੀ ਜਥੇਦਾਰਾਂ ਤੋਂ ਖਤਰਾ ਹੈ। ਲਹਿੜੀ ਚਿਮਟੇ ਢੋਲਕੀ ਤੇ ਛੈਣਿਆਂ ਤੋਂ ਸਾਨੂੰ ਡਰ ਕੋਈ ਨਹੀਂ। ਪਖੰਡੀ ਬਾਬਿਆਂ ਤੇ ਚਿੱਟੀਆਂ ਕਾਰਾਂ ਤੋਂ ਖਤਰਾ ਹੈ। ਪਖੰਡੀ ਬਾਬਿਆਂ ਤੇ ਚਿੱਟੀਆਂ ਕਾਰਾਂ ਤੋਂ ਖਤਰਾ ਹੈ। ਦਾਸ ਦਾ ਪਿੰਡ 25 ਮਿੰਟ ਦੇ ਲਾਗੇ ਬਾਰਡਰ ਤੇ ਅੰਮ੍ਰਿਤਸਰ, 15 ਮੀਲ ਤੇ ਲਾਹੌਰ 14 ਮੀਲ ਦੀ ਦੂਰੀ ਤੇ ਹੈ। ਬਾਰਡਰ ਤੇ ਲਾਗੇ ਪਿੰਡ ਹੈ ਇੱਕ ਕੱਚੇ ਧਨੋਏ। ਕੱਚੇ ਧਨੋਏ ਦੇ ਇੱਕ ਸੂਆ ਜਿਹਨੂੰ ਨਿੱਕੀ ਨਹਿਰ ਆ ਉਹ ਲੰਘਦੀ ਆ। ਉਹਦੇ ਤੇ ਟਾਹਲੀ ਦੀ ਲੱਕੜ ਰੱਖੀ ਹੋਈ ਸੀ ਲੰਘਣ ਵਾਸਤੇ। ਮੋਰਾਂ ਚੱਲੀ ਹੈ ਚਮਿਆਰੀ ਤੋਂ ਅਜਨਾਲੇ ਤੋਂ। ਜਦੋਂ ਉਸ ਟਾਹਲੀ ਤੋਂ ਲੰਘਣ ਲੱਗੀ ਹੈ ਉਹਦੀ ਚੱਪਲ ਜਿਹੜੀ ਹੈ ਉਸ ਪਾਣੀ ਵਿੱਚ ਡਿੱਗ ਪਈ ਹੈ, ਸੂਏ ਵਿੱਚ ਡਿੱਗ ਪਈ ਹੈ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ, ਮੋਰਾਂ ਲੇਟ ਕਿਉਂ ਆਈ ਹੈ? ਕਹਿੰਦੀ, ਮਹਾਰਾਜਾ ਸਾਹਿਬ ਮੇਰੀ ਚੱਪਲ ਉਸ ਪਾਣੀ 'ਚ ਡਿੱਗ ਪਈ ਸੀ। ਕਹਿੰਦੇ ਚਾਂਦੀ ਦੀਆਂ ਚੱਪਲਾਂ ਮਿਲ ਜਾਣਗੀਆਂ, ਚਾਂਦੀ ਦੀਆਂ। ਹੁਕਮ ਦੇ ਦਿੱਤਾ ਚਾਂਦੀ ਦੀਆਂ ਚੱਪਲਾਂ ਦਾ ਔਰ ਇਹ ਆਰਡਰ ਕਰ ਦਿੱਤਾ ਕਿ 7 ਦਿਨਾਂ ਤੋਂ ਪਹਿਲਾਂ ਪੁਲ ਵੀ ਬਣ ਜਾਣਾ ਚਾਹੀਦਾ। ਲਾਹੌਰ ਪਹੁੰਚੀ, ਜਦੋਂ ਇਹ ਗੱਲ ਕਹੀ ਤੇ ਸਾਰੇ ਆਰਡਰ ਦੇ ਦਿੱਤੇ। ਮਹਾਰਾਜ ਰਣਜੀਤ ਸਿੰਘ ਨੇ ਕਹਿਤਾ, ਮੋਰਾ ਤੂੰ ਕੱਲ ਮੇਰੇ ਰਾਜ ਦੀ ਰਾਣੀ ਹੋਵੇਂਗੀ। ਜਥੇਦਾਰ ਅਕਾਲੀ ਫੂਲਾ ਸਿੰਘ ਜਿਨ੍ਹਾਂ ਤੇ ਅੱਜ ਵੀ ਮਾਣ ਹੈ ਕੌਮ ਨੂੰ, ਉਹਨਾਂ ਇਹ ਨਹੀਂ ਵੇਖਿਆ ਮਹਾਰਾਜਾ ਰਣਜੀਤ ਸਿੰਘ ਹੈ। ਐ ਮਹਾਰਾਜਾ ਰਣਜੀਤ ਸਿੰਘ, ਤੇਰੇ ਦਿਲ ਦੀ ਇੱਛਾ ਪੂਰੀ ਨਹੀਂ ਹੋਵੇਗੀ। ਕਹਿੰਦਾ, ਭਾਈ ਜੀ ਆਪਣਾ ਕੰਮ ਕਰੋ। ਭਾਈ ਜੀ ਜਥੇਦਾਰ ਸਾਹਿਬ ਨੂੰ ਕਹਿੰਦਾ, ਭਾਈ ਜੀ ਆਪਣਾ ਕੰਮ ਕਰੋ। ਕਹਿੰਦੇ, ਰਣਜੀਤ ਸਿੰਘ ਤੇਰੇ ਮਨ ਦੀ ਇੱਛਾ ਨਹੀਂ ਪੂਰੀ ਹੋਵੇਗੀ। ਕਹਿੰਦਾ, ਤੁਹਾਡਾ ਇਸ ਗੱਲ ਨਾਲ ਮਤਲਬ ਨਹੀਂ। ਤਾਂ ਉਸ ਵੇਲੇ ਅਕਾਲੀ ਫੂਲਾ ਸਿੰਘ ਥੋੜ੍ਹੇ ਜਿਹੇ ਆਏ ਗੁੱਸੇ ਦੇ ਵਿੱਚ, ਕਹਿਣ ਲੱਗੇ, ਉਹ ਕਾਣਿਆ ਤੇਰੀ ਇਹ ਗੱਲ ਪੂਰੀ ਨਹੀਂ ਹੋਵੇਗੀ। ਤਾਂ ਬੜਾ ਗੁੱਸਾ ਚੜਿਆ, ਦੋਹਾਂ ਦੇ ਆਪੋ ਆਪਣੇ ਘੋੜੀ ਭਜਾਉਣੀ ਚਾਲੂ ਕਰ ਦਿੱਤੀ। ਹੱਸ ਸ਼ੇਰੇ ਪੰਜਾਬ ਨੇ ਕਿਹਾ, ਮੋਰਾਂ ਰਾਣੀ ਕੱਲ ਨੂੰ ਤੈਨੂੰ ਬਣਾਵਾਂਗਾ ਮੈਂ, ਤੂੰ ਤੇ ਮੋਹ ਲਿਆ ਚੰਦਰੀਏ ਦਿਲ ਮੇਰਾ, ਆਪਣੇ ਮਹਿਲਾਂ 'ਚ ਤੈਨੂੰ ਵਸਾਵਾਂਗਾ ਮੈਂ। ਜਥੇਦਾਰ ਨੂੰ ਸੁਣਦਿਆਂ ਰੋਹ ਚੜਿਆ, ਬੋਲ ਬੰਦ ਕਰ ਓਏ ਰਣਜੀਤ ਸਿੰਘਾ, ਇੱਕ ਨਾਚੀ ਨੂੰ ਰਾਣੀ ਬਣਾਉਣ ਦੇ ਲਈ ਤੇਰੀ ਨੀਤ ਕਿਉਂ ਹੋਈ ਬਦਨੀਤ ਸਿੰਘਾ? ਜਥੇਦਾਰ ਜੀ ਮੇਰੀ ਇੱਛਾ ਹੈ, ਜਥੇਦਾਰ ਜੀ ਮੇਰੀ ਇੱਛਾ ਹੈ, ਮੇਰੇ ਪਿਆਰ 'ਚ ਵਿਘਨ ਨਹੀਂ ਪਾ ਸਕਦੇ। ਮੈਂ ਹਾਂ ਸਾਰੇ ਪੰਜਾਬ ਦਾ ਅੱਜ ਮਾਲਕ, ਹੁਕਮ ਮੇਰਾ ਨਹੀਂ ਤੁਸੀਂ ਉਲਟਾ ਸਕਦੇ। ਹੁਣ ਗੱਲ ਤੂੰ ਮੇਰੀ ਕੰਨ ਲਾ ਕੇ ਅਕਾਲ
तख्त नाल तू नहीं खह सकता। वह जेड़ा गुरु तो बेमुख हो सकते वह कदी भी राजा बन नहीं बह सकता, वह राजकत्थी से नहीं बह सकता। तुसी भाई जी अपना करो कारज, मेरे विचार च विघन नहीं पा सकते। कल नू होर बुझारता पाओगे कई ते राह मेरा नहीं तुसी अटका सकते। जिथे राज ते भाग ते दौलतां बख्शियां ने, जिन्ने राज भाग ते दौलतां बख्शियां ने उस दाते नू मूर्खा भुलिया है। क्यों मत विकारा ने मार ली है एक नारी ते मूर्खा तुलिया है, एक नारी ते मूर्खा डुलिया है। बोल कबोल दी छड़ी झड़ी फिर आन लगी एक दूजे नू नीवा दिखाउण दे लई। बोल कबोल दी झड़ी फिर आन लगी एक दूजे नू नीवा दिखाउण दे लई। दोवें अपने घोड़े भजाउण लग पए एक दूजे नू नीचा विखाउण दे लई। जथेदार ने फिर अरदास कीती, जथेदार ने फिर अरदास कीती हुक्म नामे दे अखर लिखवाउण दे लई। अंग संग हो तुसा सहाई होना भुले काने नू राहे पाउण दे लई। मेरे शहनशाह तुसा सहाई होना भुले काने नू राहे पाउण दे लई। लिखिया हुक्मनामा सिख संगतां नू कल इस नू सिख बुलावे कोई ना, कल इस नू सिख बुलावे कोई ना। इहनू फौजी नमस्कारां ना करे कोई, इस भुले नू गले लगावे कोई ना। दूजा फिर लिखिया विचार के ते चढ़दी कला दी अरदास भी ना पूरी कीती जावे। पियरे राज दी चढ़दी कला दी अरदास भी नहीं होनी चाहिए, पर फिर मन शांत नहीं होया। तीजा हुक्मनामा लिखिया कि इहदी भेजी हुई रस्त जिहड़ी है लंगर चों मोड़ देनी चाहिए। आखो सतनाम। उसी अकाली फूला सिंह जी जथेदार, जदों भाई साहब जथेदार साहब नूं असीं याद करने आ ते उस वेले अकाली फूला सिंह जी भी याद आ जांदा है। फिर सोचिया अजे नहीं होया पूरा, भुल गए ने ढिला वरताई दी नहीं। विच लंगर दे रस्त नहीं प्रवान करनी, एहो जाए दी रस्त लंगर जपाई दी नहीं। विच लंगर नहीं रस्त प्रवान करनी, कीता दान बिरथा ना जामदा है। सिद्धे हत्थां नाल इहने मनणा नहीं जिहड़ा आकर चखा वखामदा है। सिख भेज दिते लिख हुक्मनामे, विच संगतां ने सिख संगतां ने पूरने पा दिते। अकाल तख्त दा हुक्म मन के बुरज हंकारी दे हंकार दे ढा दिते, बुरज हंकारी दे हंकार ने ढा दिते। जदों वेख्या संगतां ने छेक दिता, जदों वेख्या संगतां ने छेक दिता, किसे सिख ने नमस्कार कीती चढ़दी कला दी अरदास भी नहीं होई। लैणी लंगर तो रस्त विसार दिती, सोचण लगा अनहोणियां वरत गईयां, सोचण लगा अनहोणियां वरत गईयां। अखां अगे भंभीरियां भौण लगियां, लत्तां कंबियां, कंबिया दिल उहदा मत्थे उत्ते तरेलियां आउण लगियां। पल्ले फिर पछतावे ने पै गया है, पल्ले फिर पछतावा पै गया है। बख्शो सिंह जी बख्शण हार बन के, भुलण हार बंदा भुल जांदा। खड़ा चरना ते गुनाहगार बन के कहे फूला सिंह मेरे नहीं बस कोई, कहे फूला सिंह मेरे नहीं बस कोई। खालसा पंथ है कर विचार सकदा, पंजा प्यारियां दा हुक्म दस के ते पंथ डोब सकदा है ते पंथ तार सकदा है। पंजा प्यारियां बैठ गुरमता कीता, बन इमली नाल कोमड़े कोरड़े लाए जामन, बन इमली नाल कोरड़े लाए जामन। मर्यादा तख्त दी सदा कायम रखनी, भोले पूरे उस ते पूरने पाई जावन। लाई पोशाक ते सजा प्रवान कीती, जफ्फी इमले दे पेड़ ना पाली। सो पंजा प्यारियां दा मन के हुक्म उसने कीती, भुल दी माफ़ी बख्शा ली सो, माफ़ी बख्शा ली सो। अकाली फूला सिंह जिथे महाराजा रणजीत सिंह नू सिद्धे राय पाया है, पर यह सारे संसार नू सिद्धे राय पाउण वास्ते जथेदार साहब पहुँचे ने। इन्हां दा बहुत तह दिलों धन्नवाद किया जाता है कि जेडे इस समय दे विच आण के सारियां संगतां नू ढंडोरा दे के ढंडोरी ही बन के ते सीधे राह पाउण दी कोशिश करी जांदे आ। तहे दिलों लख लख इन्हां दा धन्नवाद किया जाता है। अज दे समय दा भी धन्नवाद किया जाता है। गुरमुख परिवार जिन्हां ने रल के प्रोग्राम
ਅਰੰਭਿਆ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਸੋ ਦਾਸ ਇੱਥੇ ਹੀ ਖਿਮਾ ਦਾ ਜੱਜ ਹੋਵੇਗਾ। ਬੋਲਦਿਆਂ ਹੋਇਆਂ ਕਿ ਕਈ ਪ੍ਰਕਾਰ ਦੀਆਂ ਟੁੱਟੀਆਂ ਰਹਿ ਜਾਇਆ ਕਰਦੀਆਂ ਨੇ, ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਦਿੰਦੇ ਆ, ਸੋ ਬੜੇ ਆਪ ਜੀ ਨੂੰ ਸੰਗਤਾਂ ਨੂੰ ਵਚਨ ਸਰਵਣ ਕਰਵਾਏ ਆ, ਬੜੀ ਖੁਸ਼ੀ ਹੈ। ਨਾਲ ਨਾਲ ਉਹਨਾਂ ਸਿੰਘ ਸਾਹਿਬ ਜਥੇਦਾਰ ਸਾਹਿਬ ਅਕਾਲ ਤਖ਼ਤ ਦੇ ਬਾਬਾ ਫੂਲਾ ਸਿੰਘ ਜੀ ਦਾ ਜ਼ਿਕਰ ਕੀਤਾ, ਉਹਨਾਂ ਦੇ ਜੀਵਨ ਦਾ ਕਿਸ ਤਰ੍ਹਾਂ ਉਹਨਾਂ ਦੀ ਸੇਵਾ ਸੀ। ਸੋ ਅੱਜ ਸਾਡੇ ਵਿੱਚ ਬੜੀ ਖੁਸ਼ੀ ਹੈ, ਸਿੰਘ ਸਾਹਿਬ ਪ੍ਰੋਫੈਸਰ ਸਾਹਿਬ ਦਰਸ਼ਨ ਸਿੰਘ ਜੀ, ਉਹਨਾਂ ਨੇ ਬਹੁਤ ਲੰਬਾ ਸਮਾਂ ਅਕਾਲ ਤਖ਼ਤ ਸਾਹਿਬ ਦੀ ਸੇਵਾ ਬੜੀ ਚੜ੍ਹਦੀ ਕਲਾ ਦੇ ਨਾਲ ਨਿਭਾਈ ਆ। ਸ਼ਾਇਦ ਬਹੁਤੀਆਂ ਸੰਗਤਾਂ ਨੂੰ ਪਤਾ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਉਹਨਾਂ ਨੇ ਆਪਣੀ ਪਦਵੀ ਦੀ ਪਰਵਾਹ ਨਹੀਂ ਸੀ ਕੀਤੀ, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖ ਕੇ ਉਹਨਾਂ ਨੇ ਅਤੇ ਇਸ ਸੇਵਾ ਨੂੰ ਛੱਡ ਵੀ ਦਿੱਤਾ। ਅਤੇ ਅੱਜ ਵੀ ਪੰਥ ਵਿੱਚ ਆਪ ਜੀ ਦਾ ਬਹੁਤ ਮਾਣ ਅਤੇ ਸਤਿਕਾਰ ਹੈ। ਅੱਜ ਆਪ ਜੀ ਦੀ ਉਮਰ, ਸਤਸੰਗ ਜੀ ਮੈਨੂੰ ਪਤਾ ਲੱਗਾ, ਭਾਈ ਸੁਖਚੈਨ ਸਿੰਘ ਦੱਸਿਆ ਕਿ ਆਪ ਜੀ ਦੀ ਉਮਰ ਅੱਜ 98 ਸਾਲ ਦੇ ਕਰੀਬ ਹੈ। ਸੋ ਸਿਹਤ ਵੀ ਅੱਜ, ਕਿਉਂਕਿ ਸਿਹਤ ਪੂਰਾ ਨਹੀਂ ਸਾਥ ਦੇ ਰਹੀ, ਫਿਰ ਵੀ ਸੇਵਾ ਚੜ੍ਹਦੀ ਕਲਾ ਨਾਲ ਨਿਭਾ ਰਿਹਾ। ਮੈਂ ਸਾਰੀਆਂ ਸੰਗਤਾਂ ਵੱਲੋਂ ਆਪ ਜੀ ਦਾ ਧੰਨਵਾਦ ਜੀ ਆਇਆਂ ਆਖਦਿਆਂ, ਹਾਂਜੀ, ਅਤੇ ਮੈਂ ਬੇਨਤੀ ਕਰਾਂ, ਆਓ ਸੰਗਤਾਂ ਆਪ ਜੀ ਨੂੰ ਬਹੁਤ ਚਿਰ ਰੋਕਣੇ ਸਮੇਂ ਤੋਂ ਉਡੀਕ ਰਹੀਆਂ ਸੀ, ਅਤੇ ਆਪ ਜੀ ਆ ਕੇ ਸੰਗਤਾਂ ਦੇ ਨਾਲ ਗੁਰਮਤਿ ਦੀ ਸਾਂਝ ਗੁਰੂ ਚਰਨਾਂ ਦੇ ਨਾਲ ਸੰਗਤਾਂ ਨੂੰ ਜੋੜਨਾ ਹੈ। ਜੀ ਆਇਆਂ ਨੂੰ ਆਪ ਜੀ ਨੇ ਚੜ੍ਹਦੀ ਕਲਾ ਨਾਲ ਜਿੱਥੇ ਵੀ ਸੇਵਾ ਨਿਭਾਈ ਹੈ, ਸਾਰੀ ਉਮਰ ਕੀਰਤਨ ਦੀ ਸੇਵਾ, ਫਿਰ ਪੰਥ ਦੇ ਸਭ ਤੋਂ ਉੱਚੇ ਪਦਵੀ 'ਤੇ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵਜੋਂ ਸੇਵਾ ਚੜ੍ਹਦੀ ਕਲਾ ਨਿਭਾਈ ਨਾਲ ਨਿਭਾਈ ਹੈ। ਸੋ ਮੈਂ ਬੇਨਤੀ ਕਰਾਂਗਾ, ਉਹ ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਗੁਰਮਤਿ ਦੀ ਸਾਂਝ ਕੀਰਤਨ ਦੀ ਸਾਂਝ ਪਾਉਣ। ਮੈਂ ਜੈਕਾਰੇ ਨਾਲ ਆਪ ਜੀ ਦਾ ਸਤਿਕਾਰ ਕਰਦਾ, ਸੰਗਤਾਂ ਗੱਜ ਵੱਜ ਕੇ ਬੁਲਾਉਣ। ਬੋਲੇ ਸੋਨਿਆ ਐਸੋ ਅਚਰਜ ਦੇਖਿਓ ਕਬੀ ਐਸੋ ਅਚਰਜ ਦੇਖਿਓ ਕਬੀ ਦੰਦ ਕੇ ਭੋਲੇ ਦੰਦ ਕੇ ਭੋਲੇ ਬਿਰੋਲੇ ਨੀ ਦੰਦ ਕੇ ਬਿਰੋਲੇਨੀ ਐਸੋ ਅਚਰਜ ਦੇਖਿਓ ਕਬੀ ਐਸੋ ਅਚਰਜ ਦੇਖਿਓ ਕਬੀ ਅੰਗੂਰੀ
ਹਰੀ ਅੰਗੂਰੀ ਗਦ ਹਾਥ ਚਰੇ ਗੁਰਬਾਣੀ ਦੀਆਂ ਕੁਛ ਲਾਈਨਾਂ ਬੜੀ ਤਵੱਜੋ ਦੇ ਕੇ ਆਪਾਂ ਆਪਸ ਵਿੱਚ ਸਾਂਝੀਆਂ ਕਰਨੀਆਂ ਨੇ, ਕਿਉਂਕਿ ਜੋ ਵੀ ਕੁਝ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਉਹ ਗੁਰਬਾਣੀ ਵਿੱਚੋਂ। ਮੈਂ ਤਾਂ ਕਈ ਵਾਰ ਅਰਜ਼ ਕਰਨਾ ਦਾਸ ਦੀ ਬੋਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੈਨੂੰ ਕਿਤੋਂ ਬਾਹਰੋਂ ਇਤਿਹਾਸ ਦੀ ਸਾਖੀਆਂ ਦੀ ਲੋੜ ਨਹੀਂ ਪੈਂਦੀ। ਇਸ ਲਈ ਮੁੱਢਲੇ ਰੂਪ ਵਿੱਚ ਮੈਂ ਇਹ ਸਤਰਾਂ ਇਹ ਲਾਈਨਾਂ ਗੁਰੂ ਦੀ ਬਖਸ਼ਿਸ਼ ਤੁਹਾਡੇ ਨਾਲ ਸੰਖੇਪ ਵਿੱਚ ਸਾਂਝੀਆਂ ਕਰਨੀਆਂ ਨੇ। ਹਰੀ ਅੰਗੂਰੀ ਗਦ ਹਾਥ ਚਰੇ ਨਿਤ ਉੱਠ ਹਾਸੇ ਨਿਤ ਉੱਠ ਹਾਸੇ ਹਿੰਗੇ ਮਰੇ ਮਾਤਾ ਭੈਸਾ ਅਮੂਹਾਂ ਜਾ ਮਾਤਾ ਭੈਸਾ ਅਮੂਹਾਂ ਜਾ ਕੁਦ ਕੁਦ ਚਰੇ ਰਸਾ ਤਲ ਪਾ ਕੁਦ ਕੁਦ ਚਰੇ ਰਸਾ ਤਲ ਪਾ ਕਹੋ ਕਬੀਰ ਪ੍ਰਗਟ ਭਈ ਖੇ ਕਹੋ ਕਬੀਰ ਪ੍ਰਗਟ ਭਈ ਖੇ ਲੈ ਲੈ ਕੋ ਨਿਤ ਚੂੰਘੇ ਭੇੜ ਲੈ ਕੋ ਨਿਤ ਚੂੰਘੇ ਭੇੜ ਰਾਮ ਰਮਤ ਮਤ ਪ੍ਰਗਟਿਆ ਰਾਮ ਰਮਤ ਮਤ ਪ੍ਰਗਟਿਆ ਕਹੋ ਕਬੀਰ ਗੁਰ ਸੋਝੀ ਪਾ ਕਹੋ ਕਬੀਰ ਗੁਰ ਸੋਝੀ ਪਾ ਐਸੋ ਅਚਰਜ ਦੇਖਿਓ ਕਵੀ ਐਸੋ ਅਚਰਜ ਦੇਖਿਓ ਕਵੀ ਦਦ ਕੇ ਭੋਲੇ ਬਿਰੋਲੇ ਨੀਰ
ਦੰਦ ਕੇ ਭੋਲੇ ਬਿਰੋਲੇ ਐਸੋ ਅਚਰਜ ਦੇਖਿਓ ਕਵੀ ਐਸੋ ਅਚਰਜ ਦੇਖਿਓ ਕਵੀ ਐਸੋ ਅਚਰਜ ਦੇਖਿਓ ਕਵੀ ਐਸੋ ਅਚਰਜ ਦੇਖਿਓ ਕਵੀ ਨੀਮ ਭਇਓ ਆਮ ਨੀਮ ਭਇਓ ਆਂਬ ਆਂਬ ਭਇਓ ਨੀਂਬਾ ਐਸੋ ਅਚਰਜ ਦੇਖਿਓ ਕਵੀ ਨੀਮ ਭਇਓ ਆਂਬ ਆਂਬ ਭਇਓ ਨੀਂਬਾ ਕੇਲਾ ਪੱਕਾ ਜਾਰ ਨਾਲੀਏਰ ਫਲ ਸੇਬਰ ਪੱਕਾ ਮੂਰਖ ਮੁਗਦ ਗਵਾਰ ਨਾਨਕ ਦੁਨੀਆ ਕੈਸੀ ਹੋਈ ਨਾਨਕ ਦੁਨੀਆ ਕੈਸੀ ਹੋਈ ਐਸੋ ਅਚਰਜ ਦੇਖਿਓ ਕਬੀਰ ਬਾਬਾ ਕਬੀਰ ਜੀ ਤੇ ਗੁਰੂ ਅਰਜਨ ਪਾਤਸ਼ਾਹ ਜੀ ਦਾ ਸਾਂਝਾ ਸ਼ਬਦ ਹੈ ਹੈਡਿੰਗ ਹੀ ਇਹੋ ਹੈ ਗੌੜੀ ਕਬੀਰ ਜੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ ਇਹਦਾ ਮਤਲਬ ਦੋਹਾਂ ਦੀ ਵਿਚਾਰਧਾਰਾ ਦੀ ਸਾਂਝ ਦਾ ਪ੍ਰਤੀਕ ਹੈ ਹੁਣ ਸਾਂਝੀ ਗੱਲ ਕਿਹੜੀ ਇੱਕ ਸਵਾਲ ਖੜਾ ਕੀਤਾ ਨੇ ਮੈਂ ਚਾਹੁੰਦਾ ਬਾਕੀ ਨਾ ਵੀ ਹੋਵੇ ਤਾਂ ਅਸੀਂ ਇੱਕ ਲਾਈਨ 'ਤੇ ਖਲੋ ਕੇ ਵੀ ਕੁਝ ਸਮਝ ਸਕੀਏ ਬਾਬਾ ਕਬੀਰ ਕਹਿੰਦੇ ਨੇ ਮੈਂ ਸੰਸਾਰ ਦੇਖਿਆ ਅਤੇ ਅੱਜ ਦਾ ਸੰਸਾਰ ਵੇਖਿਆ ਅਸੀਂ ਤੁਸੀਂ ਵੀ ਅੱਜ ਇਕੱਤਰ ਹੋਏ ਆ ਕੁਝ ਅੱਜ ਦੀ ਦੁਨੀਆ ਦੇਖਣ ਦੇ ਅੱਜ ਕੀ ਹੋ ਰਿਹਾ ਬੀਤ ਚੁੱਕਾ ਬੀਤ ਗਿਆ ਇਤਿਹਾਸ ਦਾ ਹਿੱਸਾ ਬਣ ਗਿਆ ਹਿਸਟਰੀ ਬਣ ਗਈ ਆਉਣ ਵਾਲਾ ਸਮਾਂ ਫਿਊਚਰ ਅਜੇ ਅਸੀਂ ਦੇਖਿਆ ਨਹੀਂ ਇੱਕ ਚੀਜ਼ ਹੈ ਉਹ ਹੈ ਅੱਜ ਦੇਖਣਾ ਦੁਖਾਂਤ ਤੇ ਇਹ ਹੈ ਕਿ ਅਸੀਂ ਅੱਜ ਜਿਹੜਾ ਹੰਡਾ ਰਹੇ ਹਾਂ ਉਹ ਵੀ ਨਹੀਂ ਦੇਖ ਰਹੇ ਜੇ ਅਸੀਂ ਨਾ ਦੇਖ ਸਕਦੇ ਹੋਈਏ ਤਾਂ ਮੈਂ ਚਾਹੁੰਦਾ ਅੱਜ ਬਾਬਾ ਕਬੀਰ ਜੀ ਦੀ ਰਸਨਾ ਤੋਂ ਅਸੀਂ ਤੁਸੀਂ ਸਾਰੇ ਅੱਜ ਦੇਖਦੇ ਸ਼ਬਦ ਦੀ ਲਾਈਨ ਹੈ ਬਾਬਾ ਕਬੀਰ ਕਹਿੰਦੇ ਨੇ ਕਬੀਰ ਨੇ ਅੱਜ ਕੁਝ ਦੇਖਿਆ ਦੇਖ ਰਹੇ ਕੀ ਹੋ ਰਿਹਾ ਤੇ ਕਹਿਣ ਲੱਗੇ ਦੇਖਿਆ ਵੀ ਅਸਚਰਜ ਕਿਸਮ ਦਾ ਕੌਤਕ ਹੈ
ਉਹ ਕੌਤਕ ਕੀ ਹੈ ਕਿ ਰੇੜਕਾ ਪਾਇਆ ਹੋਇਆ ਸਵਾਨੀ ਬੀਬੀ ਰਿੜਕ ਰਹੀ ਕਿਸੇ ਬੱਚੀ ਕੋਲੋਂ ਬੀਬੀ ਕੋਲੋਂ ਪੁੱਛੋ ਰਿੜਕੇ ਦਾ ਮਕਸਦ ਕੀ ਹੁੰਦਾ ਤਾਂ ਉਹ ਮਹਿਸੂਸ ਕਰਕੇ ਤੁਹਾਨੂੰ ਜੇ ਸੱਚ ਆਖੇਗੀ ਤਾਂ ਆਖੇਗੀ ਰਿੜਕਾ ਇਸ ਲਈ ਹੁੰਦਾ ਤਾਂ ਕਿ ਦਹੀਂ ਵਿੱਚੋਂ ਮੱਖਣ ਪ੍ਰਾਪਤ ਹੋ ਸਕੇ ਦਹੀਂ ਇੱਕ ਨਹੀਂ ਦੋ ਨਹੀਂ ਚਾਰ ਦਿਨ ਨਹੀਂ ਛੇ ਦਿਨ ਦਸ ਦਿਨ ਰੱਖੀ ਰੱਖੋ ਰੇੜਕਾ ਨਾ ਪਾਓ ਮੱਖਣ ਨਹੀਂ ਮਿਲਦਾ ਬਾਬਾ ਕਬੀਰ ਜੀ ਨੇ ਖਿਆਲ ਦਿੱਤਾ ਕਹਿੰਦੇ ਨੇ ਹਰ ਬੱਚੀ ਹਰ ਬੀਬੀ ਸਾਨੂੰ ਤੁਹਾਨੂੰ ਇਹ ਅਹਿਸਾਸ ਕਰਾਏਗੀ ਜਵਾਬ ਦੇਗੀ ਭਲਿਆ ਮੈਂ ਇਸ ਲਈ ਰੇੜਕਾ ਪਾਇਆ ਤਾਂ ਕਿ ਮੱਖਣ ਪ੍ਰਾਪਤ ਹੋ ਸਕੇ ਬਾਬਾ ਕਬੀਰ ਜੀ ਨੇ ਇੱਕ ਸਵਾਲ ਖੜਾ ਕਰ ਦਿੱਤਾ ਕਹਿੰਦੇ ਨੇ ਬੀਬਾ ਤੇਰੀ ਸੋਚ ਤੇਰਾ ਉੱਦਮ ਉਪਰਾਲਾ ਤੇਰੀ ਖਵਾਹਿਸ਼ ਤਾਂ ਮੱਖਣ ਦੀ ਪ੍ਰਾਪਤੀ ਦੀ ਮਾੜੀ ਨਹੀਂ ਪਰ ਬਾਬਾ ਕਬੀਰ ਕਹਿੰਦੇ ਨੇ ਮੈਂ ਪੁੱਛਣਾ ਚਾਹਨਾ ਕਿ ਰੇੜਕਾ ਪਾਉਣ ਤੋਂ ਪਹਿਲਾਂ ਮਧਾਣੀ ਪਾਉਣ ਤੋਂ ਪਹਿਲਾਂ ਤੂੰ ਚਾਟੀ ਵਿੱਚ ਮਟਕੀ ਵਿੱਚ ਧਿਆਨ ਦੇ ਕੇ ਤਵੱਜੋ ਨਾਲ ਦੇਖ ਲਿਆ ਕੀ ਹੈ ਲਓ ਇੱਥੇ ਰੁਕਣਾ ਇਹ ਗੱਲ ਠੀਕ ਹੈ ਤੂੰ ਰੇੜਕਾ ਇਸ ਲਈ ਪਾ ਮੈਂ ਇਕਾਗਰਤਾ ਮੰਗਣਾ ਮੈਂ ਚਾਹੁੰਦਾ ਮਾਇਆ ਪਹਿਲਾਂ ਨਹੀਂ ਪਹਿਲਾਂ ਗੁਰੂ ਦਾ ਸ਼ਬਦ ਇਸ ਲਈ ਬੈਠੋ ਇਕਾਗਰਤ ਹੋ ਕੇ ਆਪਾਂ ਗੁਰੂ ਸ਼ਬਦ ਨਾਲ ਜੁੜੀਏ ਮਾਇਆ ਦੀ ਭੇਟਾ ਤਾਂ ਗੁਰਦੁਆਰਾ ਕੀਰਤਨ ਤੋਂ ਬਾਅਦ ਹੈ ਇਸ ਲਈ ਪਹਿਲਾਂ ਆਪਾਂ ਇਕਾਗਰ ਹੋ ਕੇ ਗੁਰਬਾਣੀ ਸਮਝੀ ਕਹਿੰਦੇ ਨੇ ਬੀਬਾ ਤੇਰੀ ਸੋਚ ਤੇ ਤੇਰਾ ਉੱਦਮ ਠੀਕ ਹੈ ਤੂੰ ਰੇੜਕਾ ਪਾਇਆ ਮੱਖਣ ਦੀ ਖਾਤਰ ਪਰ ਮੈਂ ਪੁੱਛਣਾ ਜਿਸ ਚਾਟੀ ਵਿੱਚ ਤੂੰ ਮਧਾਣੀ ਪਾਈ ਹੈ ਕੀ ਤੂੰ ਇੱਧਰ ਧਿਆਨ ਵੀ ਦਿੱਤਾ ਵੀ ਇਹਦੇ ਵਿੱਚ ਕੀ ਹੈ ਕਿਤੇ ਐਸਾ ਤੇ ਨਹੀਂ ਇਹਦੇ ਵਿੱਚ ਦਹੀਂ ਨਾ ਹੋਵੇ ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਨੂੰ ਇੱਕ ਥਾਂ 'ਤੇ ਨਹੀਂ ਕਈ ਥਾਵਾਂ 'ਤੇ ਚੇਤੰਨ ਕੀਤਾ ਹੁਣ ਸਤਿਗੁਰੂ ਕਹਿੰਦੇ ਨੇ ਪੰਡਿਤ ਦਹੀਂ ਬਿਲੋਈ ਐ ਭਾਈ ਪੰਡਿਤ ਦਹੀਂ ਬਿਲੋਈ ਐ ਭਾਈ ਵਿੱਚੋਂ ਨਿਕਲੇ ਤੱਥ ਇਹ ਸਿਆਣੇ ਮਨੁੱਖ ਪੰਡਿਤ ਤੋਂ ਭਾਵ ਸਿਆਣਾ ਮਨੁੱਖ ਜਾਣਕਾਰ ਗਿਆਨੀ ਪੁਰਸ਼ ਕਹਿਣ ਲੱਗੇ ਜਦੋਂ ਮਧਾਣੀ ਪਾਓ ਖਿਆਲ ਇਹ ਹੁੰਦਾ ਕਿ ਵਿੱਚੋਂ ਤੱਥ ਨਿਕਲੇ ਭਾਵ ਮੱਖਣ ਨਿਕਲੇ ਪਰ ਤੁਹਾਨੂੰ ਪਤਾ ਕਿ ਜੇ ਮਧਾਣੀ ਪਾਣ ਲੱਗਿਆਂ ਧਿਆਨ ਨਾ ਦਿੱਤਾ ਵਿੱਚ ਹੋਇਆ ਪਾਣੀ ਦਹੀਂ ਹੋਵੇ ਨਾ ਹਾਲਾਂਕਿ ਬਾਬਾ ਨਾਮਦੇਵ ਜੀ ਨੇ ਕਿਉਂਕਿ ਮੈਨੂੰ ਸਾਰੀ ਗੱਲ ਦਾ ਜਵਾਬ ਬਾਣੀ ਵਿੱਚੋਂ ਮਿਲਦਾ ਹੈ ਬਾਬਾ ਨਾਮਦੇਵ ਜੀ ਨੇ ਬੜੀ ਖੂਬਸੂਰਤ ਗੱਲ ਆਖੀ ਕਹਿਣ ਲੱਗਿਆ ਧਨ ਕਰ ਮਟਕੇ ਤਨ ਕਰ ਮਟਕੀ ਮਨ ਮਾਏ ਬਿਲੋਈ ਅਗਲੀ ਲਾਈਨ ਪੜ੍ਹੋ ਇਸ ਮਟਕੀ ਮੈਂ
ਜਦੋਂ ਮਨ ਦੀ ਮਧਾਣੀ ਪਾਵੇ ਨਾ, ਕਿਉਂਕਿ ਮਨ ਵਿਚਾਰ ਦਾ ਕੇਂਦਰ ਹੈ। ਜਦੋਂ ਮਨ ਦੀ ਮਧਾਣੀ ਪਾਵੇ ਨਾ, ਦੇਖ ਲੈ ਇਹਦੇ ਵਿੱਚ ਦਹੀਂ ਹੈ, ਕਿਤੇ ਐਸਾ ਨਾ ਹੋਵੇ। ਪੰਡਿਤ ਦਹੀਂ ਬਿਲੋਈਏ ਭਾਈ, ਵਿੱਚੋਂ ਨਿਕਲੇ ਤੱਥ। ਪਰ ਇਸ ਦੇ ਉਲਟ ਜਲ ਮਥੀਏ, ਜੇ ਪਾਣੀ ਰੁੜਕੀਏ ਜਿੰਨੀ ਦੇਰ ਮਰਜ਼ੀ ਨਹੀਂ ਰੁੜਕਦੀ ਹੈ, ਉਹਦਾ ਕੋਈ ਰਿਜ਼ਲਟ ਆਪਾਂ ਆਮ ਜ਼ਿੰਦਗੀ ਵਿੱਚ ਵੀ ਜਿਸ ਗੱਲ ਦਾ ਕੋਈ ਰਿਜ਼ਲਟ ਨਾ ਹੋਵੇ, ਅਸੀਂ ਆਖਦੇ ਹਾਂ ਐਵੇਂ ਪਾਣੀ 'ਚ ਮਧਾਣੀ ਪਾਈ, ਕਿਉਂਕਿ ਇਹਦਾ ਨਤੀਜਾ ਕੋਈ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਵੀ ਉਹ ਹੀ ਲਫ਼ਜ਼ ਵਰਤੇ ਨੇ, ਜਲ ਮਥੀਏ ਜਲ ਦੇਖੀਏ ਭਾਈ, ਜਲ ਨੂੰ ਪਾਣੀ ਨੂੰ ਰਿੜਕ, ਦੋ ਚਾਰ ਛੇ ਘੰਟੇ ਰਿੜਕੀ ਜਾ, ਮੁੜ ਕੇ ਤੂੰ ਫਿਰ ਨਿਗਾਹ ਮਾਰੇਗਾ, ਫਿਰ ਪਾਣੀ ਦਾ ਪਾਣੀ ਕੁਛ ਨਿਕਲਣਾ ਤੇ ਹੈ ਨੀ। ਜਲ ਮਥੀਏ ਜਲ ਦੇਖੀਏ ਭਾਈ, ਇਹ ਜੱਗ ਇਹ ਹਵਾ ਥ, ਹੁਣ ਆਓ ਬਾਬਾ ਕਬੀਰ ਜੀ ਦੇ ਸ਼ਬਦ ਵੱਲ। ਕਹਿੰਦੇ ਨੇ ਮੈਂ ਸੰਸਾਰ ਨੂੰ ਕੀ ਦੇਖ ਰਿਹਾ, ਪਾਣੀ ਤੇ ਦਹੀਂ ਦੀ ਪਛਾਣ ਨਹੀਂ ਹੋਣੀ ਚਾਹੀਦੀ, ਕਿਹੜੀ ਅਜੀਬ ਗੱਲ ਹੈ। ਪਾਣੀ ਦਾ ਰੰਗ ਵੱਖਰਾ ਹੈ, ਦਹੀਂ ਦਾ ਰੰਗ ਵੱਖਰਾ ਹੈ। ਪਾਣੀ ਵਿੱਚ ਸਰਲਤਾ, ਥਿਕਨੈਸ ਕੋਈ ਨਹੀਂ, ਦਹੀਂ ਵਿੱਚ ਥਿਕਨੈਸ ਹੈ, ਗਾੜਾ ਪਾਣੀ। ਪਾਣੀ ਵਿੱਚ ਚਿਕਨਾਹਟ ਕੋਈ ਨਹੀਂ, ਦਹੀਂ ਵਿੱਚ ਚਿਕਨਾਹਟ ਹੈ। ਅਜੀਬ ਗੱਲ ਹੈ, ਦਹੀਂ ਦੁੱਧ ਤੋਂ ਜਨਮ ਲੈਂਦੀ ਹੈ, ਪਾਣੀ ਕਿਸੇ ਦੁੱਧ ਕਿਸੇ ਹੋਰ ਪਦਾਰਥ ਤੋਂ ਜਨਮ ਨਹੀਂ ਲੈਂਦਾ, ਉਹ ਆਪਣੇ ਆਪ ਵਿੱਚ ਪਦਾਰਥ। ਤੇ ਜੇ ਸਾਡੇ ਸਾਹਮਣੇ ਕੋਈ ਪਾਣੀ ਤੇ ਦਹੀਂ ਦੋ ਚੀਜ਼ਾਂ ਰੱਖ ਦੇਵੇ, ਅਸੀਂ ਆਖੀਏ ਜੀ ਸਾਨੂੰ ਤੇ ਪਤਾ ਹੀ ਨਹੀਂ ਪਾਣੀ ਕਿਹੜਾ ਦੁੱਧ ਦਹੀਂ ਕਿਹੜੀ ਹੈ, ਸਾਨੂੰ ਲੋਕ ਕੀ ਆਖਣਗੇ। ਹੈਲੋ, ਕੌੜੀ ਸੱਚਾਈ ਹੈ, ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਬਾਣੀ ਵਿੱਚ। ਪਾਣੀ ਵੀ ਰੱਖ ਦੇਵੇ, ਦਹੀਂ ਵੀ ਰੱਖ ਦੇਵੇ, ਤੇ ਸਾਨੂੰ ਪੁੱਛੇ ਭਲਾ ਇਹਨਾਂ ਵਿੱਚੋਂ ਦਹੀਂ ਕਿਹੜੀ ਹੈ, ਪਾਣੀ ਕਿਹੜਾ ਹੈ, ਅਸੀਂ ਆਖੀਏ ਜੀ ਸਾਨੂੰ ਕੀ, ਅਸੀਂ ਤਾਂ ਰੇੜਕਾ ਪਾਉਣਾ ਦਹੀਂ ਹੋਈ ਜਾਂ ਪਾਣੀ ਹੋਈ। ਅਜੀਬ ਜਵਾਬ ਹੈ, ਸਾਡਾ ਕੰਮ ਰੇੜਕਾ ਪਾਉਣਾ, ਸਾਡਾ ਕੰਮ ਇਹ ਪਛਾਣ ਕਰਨਾ ਨਹੀਂ ਕਿ ਦਹੀਂ ਕਿਹੜੀ ਹੈ ਤੇ ਪਾਣੀ ਕਿਹੜਾ ਹੈ। ਬਾਬਾ ਕਬੀਰ ਜੀ ਨੇ ਇਹੋ ਗੱਲ ਆਖ ਦਿੱਤੀ, ਕਹਿਣ ਲੱਗੇ ਮੈਂ ਅਸਚਰਜ ਨਜ਼ਾਰਾ ਵੇਖਿਆ, ਤਮਾਸ਼ਾ ਵੇਖਿਆ ਇਸ ਸੰਸਾਰ ਦਾ। ਇਸ ਸੰਸਾਰ ਦਾ ਅਜਬ ਤਮਾਸ਼ਾ ਹੈ, ਉਹ ਇਹ ਕਿ ਦੱਦ ਕੇ ਭੋਲੇ ਬਰੋਲੇ ਨੀਰ, ਦੱਦ ਕਹਿੰਦੇ ਨੇ ਦਹੀਂ, ਦੱਦ ਤੇ ਦਹੀਂ ਦੇ ਭੁਲੇਖੇ ਨਾਲ ਭੋਲੇ, ਦਹੀਂ ਦੇ ਭੁਲੇਖੇ ਨਾਲ ਨੀਰ ਪਿਆ ਰਿੜਕਦਾ, ਪਾਣੀ ਪਿਆ ਰਿੜਕਦਾ। ਹੁਣ ਬਾਬਾ ਕਬੀਰ ਜੀ ਦਾ ਖਿਆਲ ਹੈ ਗੁਰਬਾਣੀ ਵਿੱਚ, ਕਹਿਣ ਲੱਗੇ ਮੈਂ ਕੀ ਦੇਖਿਆ, ਐਸੋ ਅਚਮਚ ਦੇਖਿਓ ਕਬੀਰ, ਦੱਦ ਕੇ ਭੋਲੇ ਬਰੋਲੇ ਨੀਰ,
ਮੈਂ ਆਪਣੀ ਤਣ ਦੀ ਮਟਕੀ ਵਿੱਚ ਦਹੀਂ ਰਿੜਕਣਾ ਚਾਹੁੰਦਾ ਸਾਂ, ਪਾਣੀ ਪਾ ਕੇ ਰਿੜਕ ਜਾਣਾ। ਬਾਬਾ ਨਾਮਦੇਵ ਜੀ ਦਾ ਸ਼ਬਦ ਆਇਆ ਸੀ, ਉਹਦੇ 'ਚ ਉਹਨਾਂ ਉਸ ਦਹੀਂ ਦਾ ਜ਼ਿਕਰ ਕਰ ਦਿੱਤਾ। ਕਹਿਣ ਲੱਗੇ ਧਨ ਘਰ ਮਟਕੇ, ਧਨ ਘਰ ਮਟਕੀ ਮਨ ਮਾਹੇ ਬਿਲੋਈ, ਇਸ ਮਨ ਦੀ ਮਧਾਣੀ ਨਾਲ ਰਿੜਕਣਾ ਕਿਨੂੰ। ਧਨ ਘਰ ਮਟਕੀ ਮਨ ਮਾਹੇ ਬਿਲੋਈ, ਇਸ ਮਟਕੀ ਮੈਂ ਇਸ ਮਟਕੀ ਮੈਂ ਸ਼ਬਦ ਸੰਜੋਏ, ਇਸ ਮਟਕੀ ਵਿੱਚ ਸ਼ਬਦ ਦੀ ਦਹੀਂ ਇਕੱਠੀ ਕਰ ਲੈ, ਸ਼ਬਦ ਦੀ ਦਹੀਂ। ਹੁਣ ਜ਼ਰਾ ਸੋਚਿਓ ਮੈਨੂੰ ਕਿਵੇਂ ਪਛਾਣ ਆਵੇ। ਸਿੰਧਾ ਮਤਲਬ ਸਾਡਾ ਇੱਕ ਦੁਖਾਂਤ ਵਾਪਰ ਗਿਆ ਕਿ ਅਸੀਂ ਪਾਣੀ ਅਤੇ ਦਹੀਂ ਦੀ ਪਛਾਣ ਹੀ ਭੁੱਲ ਗਏ। ਗੁਰੂ ਕੋਲੋਂ ਪੁੱਛੀਏ ਜੀ, ਭਲਾ ਅਸੀਂ ਸ਼ਬਦ ਦੀ ਦਹੀਂ ਪ੍ਰਾਪਤ ਕਰਨੀ ਹੋਵੇ ਤਾਂ ਕਿੱਥੋਂ ਕਰੀਏ? ਪਾਣੀ ਜੀ ਰੁੜਕ ਰਹੇ, ਲਗਾਤਾਰ ਰਿੜਕ ਰਹੇ, ਸਾਨੂੰ ਪਤਾ ਹੀ ਨਹੀਂ ਪਾਣੀ ਪੈ ਰਿੜਕ ਰਹੇ। ਕਹਿਣ ਲੱਗੇ ਜੇ ਭਲਾ ਪਾਣੀ ਦੀ ਪਛਾਣ ਕਰਨੀ ਹੋਵੇ ਵੀ ਸਾਨੂੰ ਦਹੀਂ ਕਿੱਥੋਂ ਮਿਲੇ? ਜਵਾਬ ਦਿਓ ਸਤਿਗੁਰੂ ਨੇ, ਉਹ ਲਾਣੀ ਛੱਡਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਕਹਿਣ ਲੱਗੇ ਗੁਰ ਕਾ ਸ਼ਬਦ, ਜਿਹੜੀ ਦਹੀਂ ਹੈ ਜਿਹਨੂੰ ਰਿੜਕਣ ਦੀ ਲੋੜ ਸੀ, ਜਿਹਦੇ ਵਿੱਚੋਂ ਤੱਤ ਨਿਕਲਣਾ ਸੀ। ਗੁਰੂ ਨੇ ਐਵੇਂ ਨਹੀਂ ਆਖਿਆ ਤੱਤੈ ਸਾਰ ਨਾ ਜਾਣੀ, ਗੁਰੂ ਬਾਝੋਂ ਤੱਤੈ ਸਾਰ ਨਾ ਜਾਣੀ, ਜਿਹਦੇ ਵਿੱਚੋਂ ਮੱਖਣ ਨਿਕਲਣਾ ਸੀ। ਕਹਿਣ ਲੱਗੇ ਮੈਂ ਇਹ ਜਾਣਨਾ ਚਾਹੁੰਦਾ ਕਿੱਥੋਂ ਮਿਲਦਾ ਹੈ, ਕਿਉਂਕਿ ਸ਼ਬਦ ਤਾਂ ਕਈ ਥਾਵਾਂ 'ਤੇ, ਸਾਨੂੰ ਤਾਂ ਦਹੀਂ ਦੀ ਅਤੇ ਪਾਣੀ ਦੀ ਪਛਾਣ ਹੀ ਖਤਮ ਹੋ ਗਈ। ਕਈ ਗ੍ਰੰਥ ਐਸੇ ਬਣ ਗਏ ਜਿਨ੍ਹਾਂ ਦੇ ਵਿੱਚ ਸ਼ਬਦ ਹੀ ਨਜ਼ਰ ਆਉਂਦਾ। ਆ ਮੈਂ ਕੱਲ੍ਹ ਹੀ ਦੇਖ ਰਿਹਾ ਸੀ ਇੱਕ ਛੋਟਾ ਜਿਹਾ ਗ੍ਰੰਥ, ਆਮ ਆਜ਼ਾਦ ਹੋਇਆ ਉਨੇ ਹੀ ਆ 5-4 ਸਾਲ ਤੋਂ। ਉਹਦਾ ਨਾਮ ਹੈ ਕਿ ਇਹ ਰਚਨਾ, ਉੱਥੇ ਲਫ਼ਜ਼ ਹੈ ਰਚਨਾ ਸੋਢੀ ਪ੍ਰਿਥੀ ਚੰਦ ਦੇ, ਤੁਸੀਂ ਅੱਜ ਵੀ ਜਾ ਕੇ ਲਿਆ ਸਕਦੇ ਹੋ ਕਿਸੇ ਵੀ ਸਥਾਨ ਤੋਂ ਦੇਖ ਸਕਦੇ। ਉਹਦੇ ਉੱਤੇ ਪ੍ਰਿਥੀ ਚੰਦ ਦਾ ਨਾਂ ਨਾਲ ਲਿਖੇ ਸਾਡੇ ਨਾਲ, ਸਾਨੂੰ ਦਹੀਂ ਅਤੇ ਪਾਣੀ ਦਾ ਭੁਲੇਖਾ ਕਿਵੇਂ ਪੈ ਗਿਆ, ਸਾਨੂੰ ਜਾਗਰਤੀ ਦੀ ਪਛਾਣ ਦੀ ਕਿਉਂ ਲੋੜ ਹੈ? ਤੁਸੀਂ ਉਸ ਕਿਤਾਬ ਉਸ ਗ੍ਰੰਥ ਵਿੱਚੋਂ ਜਿੱਥੇ ਲਫ਼ਜ਼ ਨੇ ਕਿ ਰਚਨਾ ਸੋਢੀ ਪ੍ਰਿਥੀ ਚੰਦ ਦੀ, ਉਸ ਕਿਤਾਬ ਨੂੰ ਲਿਆਓ, ਉਹਦਾ ਨਾਮ ਨਾ ਲਿਖੋ, ਉਹਦੇ ਵਿੱਚੋਂ 2, 4, 6, 10 ਜਿੰਨੇ ਤੁਹਾਡਾ ਦਿਲ ਚਾਹੇ ਸ਼ਬਦ ਤਾਂ ਲਫ਼ਜ਼ ਕਹਿਣ ਲੱਗਿਆ ਵੀ ਮੈਨੂੰ ਸੰਗ ਆਉਂਦੀ, ਉਹਦੀਆਂ ਰਚਨਾਵਾਂ ਉਹ ਇੱਕ ਥਾਂ 'ਤੇ ਲਿਖ ਲਏ, ਅਤੇ ਉਹਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਵਿੱਤਰ ਸ਼ਬਦਾਵਲੀ ਗੁਰਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ, ਜੋ ਬੋਲੇ ਸੋ ਮੁੱਖ ਅੰਮ੍ਰਿਤ ਪਾਵੇ, ਇਹ ਬਾਣੀ ਦੇ ਵੀ 4 ਸ਼ਬਦ ਲਿਖ ਲਓ।
ਤੇ ਕਿਸੇ ਨਵੇਂ ਗੁਰਸਿੱਖ ਦੇ ਸਾਹਮਣੇ ਰੱਖ ਦਿਓ ਵੀ ਇਹਦੇ ਵਿੱਚੋਂ ਚੋਣ ਕਰ ਗੁਰੂ ਦੀ ਬਾਣੀ ਕਿਹੜੀ ਹੈ। ਦੇਖੋ ਸਾਡੇ ਸਾਹਮਣੇ ਇੱਕ ਬੜੀ ਵੱਡੀ ਪ੍ਰੋਬਲਮ ਬਣ ਗਈ। ਮੇਰੇ ਖਿਆਲ 'ਚ ਜੇ ਸਾਡੇ ਸਾਹਮਣੇ ਸਵਾਲ ਆ ਜਾਏ, ਅੱਜ ਤੱਕ ਅੱਜ ਦੇ ਅਗਾਂਹ ਵਧੂ ਇਸ ਸੰਸਾਰ ਵਿੱਚ, ਅੱਜ ਦੀ ਦੁਨੀਆ ਵਿੱਚ ਵੀ ਜੇ ਗੁਰਸਿੱਖਾਂ ਦਾ ਬਹੁਤ ਸਾਰਾ ਵੱਡਾ ਇਕੱਠ ਹੋਵੇ ਸਿੱਖ ਅਖਵਾਉਣ ਵਾਲਿਆਂ ਦਾ, ਅਤੇ ਇਹ ਦੋਨੋਂ ਰਚਨਾਵਾਂ ਮਿਲਾ ਕੇ ਸਾਡੇ ਸਾਹਮਣੇ ਰੱਖ ਦਿੱਤੀਆਂ ਜਾਣ, ਮੇਰੇ ਖਿਆਲ 'ਚ ਸਾਡੇ ਵਿੱਚੋਂ 80% ਉਹ ਸਿੱਖ ਹੋਵੇਗਾ ਜਿਹਨੂੰ ਪਤਾ ਨਹੀਂ ਲੱਗੇਗਾ ਕਿਹੜੀ ਗੁਰੂ ਦੀ ਬਾਣੀ ਕਿਹੜੀ ਗੁਰੂ ਦੀ ਬਾਣੀ। ਹਾਲਾਂਕਿ ਉਹਦੇ 'ਚ ਸਭ ਕੁਛ ਹੀ ਉਵੇਂ ਮਿਲਾ ਕੇ ਲਿਖਿਆ ਗਿਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਹ ਬਹੁ ਨਕਲ ਕੀਤੀ ਗਈ। ਹੁਣ ਗੁਰੂ ਨੇ ਬਾਣੀ ਅੰਦਰ ਇੱਕ ਲਫ਼ਜ਼ ਦਾ ਨਾਲ ਇਸ ਗੱਲ ਨੂੰ ਸਪਸ਼ਟ ਕੀਤਾ। ਗੁਰੂ ਕਹਿੰਦੇ ਨੇ ਗੁਰੂ ਦੇ ਸ਼ਬਦ ਦੀ ਨਿਸ਼ਾਨੀ ਕੀ ਹੈ? ਗੁਰ ਕਾ ਸ਼ਬਦ, ਗੁਰ ਕਾ ਸ਼ਬਦ ਗੁਰ ਥੈ ਟਿਕੇ, ਫੈਸਲਾ ਮੇਰਾ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ। ਕਹਿੰਦੇ ਨੇ ਗੁਰੂ ਦੇ ਸ਼ਬਦ ਦੀ ਨਿਸ਼ਾਨੀ ਹੈ, ਉਹ ਸਿਰਫ ਗੁਰੂ ਵਿੱਚ ਹੁੰਦਾ ਹੈ, ਕਿਸੇ ਹੋਰ ਗ੍ਰੰਥ ਵਿੱਚ ਨਹੀਂ ਹੁੰਦਾ। ਮੈਨੂੰ ਦੱਸੋਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਮੰਨਦੇ ਹਾਂ ਕਿ ਕਿਸੇ ਹੋਰ ਗ੍ਰੰਥ ਨੂੰ ਵੀ? ਗੁਰੂ ਦੇ ਘਰ ਦਾ ਇੱਕ ਨਿਯਮ ਸੀ, ਗੁਰੂ ਦੇ ਘਰ ਦਾ ਇੱਕ ਨਿਯਮ ਰਿਹਾ ਗੁਰੂ ਨਾਨਕ ਤੋਂ ਲੈ ਕੇ। ਸਤਿਗੁਰੂ ਕਹਿੰਦੇ ਨੇ ਥਾਪਿਆ ਲੈਣਾ ਜੀਂਦੇ, ਗੁਰੂ ਨਾਨਕ ਲੈਣੇ ਨੂੰ ਥਾਪਦਾ ਗੁਰੂ ਅਤੇ ਆਪਣੀ ਹੋਂਦ ਵਿੱਚ ਜੀਉਂਦਿਆਂ ਆਪ ਫੈਸਲਾ ਦਿੰਦਾ ਇਹ ਅੱਜ ਤੋਂ ਬਾਅਦ ਤੁਹਾਡਾ ਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀ ਦੇ ਫੈਸਲੇ ਨੇ। ਗੁਰੂ ਕਹਿੰਦੇ ਨੇ ਇਸ ਘਰ ਦਾ ਇੱਕ ਨਿਯਮ ਹੈ, ਜੋ ਕੁਝ ਫੈਸਲਾ ਦੇਣਾ ਹੈ ਆਉਣ ਵਾਲੇ ਲਈ, ਤਾਂ ਕਿ ਸੰਸਾਰ ਅੰਦਰ ਮਨੁੱਖ ਦੁਬਧਾ ਵਿੱਚ ਨਾ ਪਾਵੇ। ਆਹ ਜਿੰਨੇ ਡੇਰੇਦਾਰ ਨੇ ਪਰੇਸ਼ਾਨੀਆਂ ਕੀ ਨੇ, ਉਹ ਆਪਣੀ ਮੌਜੂਦਗੀ ਵਿੱਚ ਆਪਣੇ ਚੇਲੇ ਨੂੰ ਗੁਰੂ ਬਣਾ ਨਹੀਂ ਸਕਦੇ, ਚਲੇ ਜਾਂਦੇ ਨੇ। ਉਹਨਾਂ ਤੋਂ ਬਾਅਦ ਜੇ 10 ਚੇਲੇ ਹੁੰਦੇ ਨੇ ਤਾਂ 10 ਡੇਰੇ ਬਣ ਜਾਂਦੇ ਨੇ, 20 ਹੁੰਦੇ ਨੇ ਤਾਂ 20 ਡੇਰੇ ਬਣ ਜਾਂਦੇ ਨੇ। ਗੁਰੂ ਨੇ ਇਹ ਭੁਲੇਖਾ ਸਾਡੇ ਵਿੱਚ ਨਹੀਂ ਛੱਡਿਆ, ਭੁਲੇਖਾ ਨਹੀਂ ਛੱਡਿਆ। ਕਹਿਣ ਲੱਗੇ ਨਹੀਂ, ਮੈਂ ਜੋ ਕਿ ਇੱਥੇ ਦੀ ਮਰਿਆਦਾ ਇਹ ਬਣਾਉਣੀ ਹੈ, ਜੋ ਕੁਝ ਫੈਸਲਾ ਸਿੱਖੀ ਨੂੰ ਆਉਣ ਵਾਲੇ ਸਮੇਂ ਲਈ ਦੇਣਾ ਹੈ ਉਹ ਆਪ ਆਪਣੀ ਮੌਜੂਦਗੀ ਵਿੱਚ ਦੇਣਾ ਹੈ। ਦਿੱਤਾ ਮੈਂ ਵਿਸਥਾਰ, ਇਤਿਹਾਸਿਕ ਵਿਸਥਾਰ ਵਿੱਚ ਲੰਬਾ ਨਾ ਜਾਣਾ। ਗੁਰੂ ਨਾਨਕ ਤੋਂ ਲੈ ਕੇ ਮਰਿਆਦਾ ਚੱਲੀ, ਈਵਨ ਇਹ ਉਸੇ ਮਰਿਆਦਾ ਦੇ ਅਧੀਨ ਦਸਮ ਪਿਤਾ ਨੇ ਵੀ ਇਹ ਨਹੀਂ ਆਖਿਆ ਵੀ ਚਲੋ ਮੇਰੇ ਤੋਂ ਬਾਅਦ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਲੈਣਗੇ। ਮੈਂ ਤੁਹਾਨੂੰ ਯਾਦ ਕਰਾ ਦਿਆਂ, ਅੱਜ ਤੋਂ ਲਗਭਗ 10 ਵਰੇ 11 ਵਜੇ ਪਹਿਲਾਂ 10 ਜਦੋਂ ਹਜ਼ੂਰ ਸਾਹਿਬ ਗਿਆ ਉਦੋਂ ਇਹੋ ਹੀ ਸਵਾਲ ਖੜਾ ਹੋਇਆ ਸੀ। ਮੈਂ ਸਾਰਿਆਂ ਦੀ ਮੌਜੂਦਗੀ ਵਿੱਚ ਛੁਪ ਕੇ ਤਾਂ ਗੱਲ ਕਰਨ ਦੀ ਲੋੜ ਆਦਤ ਹੀ ਨਹੀਂ ਰੱਖੀ ਹੋਈ ਸੀ, ਸਾਰੇ ਜਥੇਦਾਰ ਵੀ ਬੈਠੇ ਸਨ, ਪ੍ਰਬੰਧਕ ਬੋਰਡ ਵੀ ਬੈਠਾ ਸੀ ਉੱਥੋਂ ਦੇ ਦੀਵਾਨ ਵਿੱਚ, ਉਹ ਵੀਡੀਓ ਟੇਪ ਬਣੀ ਹੋਈ ਤੁਸੀਂ ਅੱਜ ਵੀ ਦੇਖ ਸਕਦੇ। ਉੱਥੇ ਮੇਰਾ ਸਵਾਲ ਹੀ ਇਹੋ ਸੀ, ਭਲਿਓ ਮੈਨੂੰ ਇਹ ਨਾ ਦੱਸ ਦਿਓ ਜਿਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਗਈ ਉਸ ਦਿਨ ਕੋਈ ਹੋਰ ਗ੍ਰੰਥ ਵੀ ਨਾਲ ਪ੍ਰਕਾਸ਼ ਸੀ? ਦੱਸ ਦਿਓ, ਸਮਝਾ ਦਿਓ, ਕੋਈ ਹੋਰ ਗ੍ਰੰਥ ਵੀ ਨਾਲ ਪ੍ਰਕਾਸ਼ ਸੀ? ਹੈਰਾਨਗੀ ਦੀ ਗੱਲ ਇਹ ਹੈ, ਆ ਤੁਸੀਂ ਵੀਰ ਸਾਰੇ ਇੱਥੇ ਵਿਦਵਾਨ ਵੀਰ ਵੀ ਬੈਠੇ ਨੇ, ਮੈਨੂੰ
ਇਹ ਗੱਲ ਕਹਿਣ ਲੱਗਿਆਂ ਸੰਕੋਚ ਨਹੀਂ ਆਉਂਦੀ ਕਿ ਗੁਰੂ ਦਸਮ ਪਾਤਸ਼ਾਹ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਦੀ ਤਾਰੀਖ ਅੱਜ ਤੱਕ ਹੈ। ਭਾਵੇਂ ਕੈਲੰਡਰਾਂ ਦਾ ਫਰਕ ਪੈ ਗਿਆ, ਬਿਕਰਮੀ ਕੈਲੰਡਰ ਅਤੇ ਨਾਨਕਸ਼ਾਹੀ ਕੈਲੰਡਰ ਦਾ, ਪਰ ਨਾਨਕਸ਼ਾਹੀ ਕੈਲੰਡਰ ਨੇ ਆਪਣੇ ਆਪ ਨੂੰ ਸਪਸ਼ਟ ਕਰ ਦਿੱਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ 20 ਅਕਤੂਬਰ ਨੂੰ ਦਿੱਤੀ ਗਈ। ਚਲੋ ਮੈਂ ਸੰਖੇਪ ਵਿੱਚ ਅੱਗੇ ਵਧਣਾ ਚਾਹੁੰਦਾ। 20 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਗਈ। ਹਰ ਸਾਲ ਤੁਸੀਂ ਮਨਾਉਂਦੇ ਵੀ ਹੋ, ਕੋਈ ਨਵੀਂ ਗੱਲ ਵੀ ਨਹੀਂ, ਹਰ ਸਾਲ ਤੁਸੀਂ ਮਨਾਉਂਦੇ ਹੋ। ਪਰ ਮੈਂ ਪੁੱਛਣਾ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਗੱਦੀ ਦਾ ਦਿਹਾੜਾ 20 ਅਕਤੂਬਰ ਹੈ ਅਤੇ ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਹੈ, ਇਤਿਹਾਸ ਨੇ ਵੀ ਲਿਖ ਦਿੱਤਾ, ਕੈਲੰਡਰ ਵਿੱਚ ਵੀ ਅੰਕਿਤ ਹੈ ਕਿ ਤੁਸੀਂ ਮਨਾਉਂਦੇ ਹੀ ਹੋ, ਮੈਨੂੰ ਜ਼ਰਾ ਇੰਨਾ ਦੱਸੋਗੇ ਕਿ ਜਿੰਦੀਆਂ ਰਚਨਾਵਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਰਾਬਰ ਰਿੜਕ ਰਹੇ ਹੋ, ਮੈਨੂੰ ਕਹਿਣਾ ਪੈਂਦਾ। ਦਹੀਂ ਦੀ ਥਾਂ 'ਤੇ ਪਾਣੀ ਰਿੜਕ ਰਹੇ ਹੋ, ਜ਼ਰਾ ਮੈਨੂੰ ਦੱਸੋਗੇ ਕਿ ਉਸ ਗ੍ਰੰਥ ਦੇ ਗੁਰਗੱਦੀ ਕਦੋਂ ਮਿਲੀ ਅਤੇ ਕਿਹੜੀ ਤਾਰੀਖ ਆਉਂਦੀ? ਇੰਨੇ ਵਿਦਵਾਨ ਸੱਜਣ ਬੈਠੇ ਨੇ, ਮੈਨੂੰ ਦੱਸਿਓ। ਹੁਣ ਗੱਦੀ ਕਦੋਂ ਮਿਲੀ? ਅਜੀਬ ਗੱਲ ਹੈ, ਜੇ ਭਾਈ ਮਨੀ ਸਿੰਘ ਜੀ ਵਾਲਾ ਇਤਿਹਾਸ ਵੀ ਮੰਨ ਲਈਏ, ਮੰਨ ਲਓ ਤਾਂ ਭਾਈ ਮਨੀ ਸਿੰਘ ਜੀ ਨੇ ਉਹਨਾਂ ਪੋਥੀਆਂ ਨੂੰ ਇਕੱਤਰ ਕਰਕੇ ਇੱਕ ਗ੍ਰੰਥ ਦਾ ਰੂਪ, ਉਹ ਵੀ ਸਤਿਗੁਰੂ ਗੁਰੂ ਦਸਮ ਪਾਤਸ਼ਾਹ ਜੀ ਤੋਂ 3 ਦਹਾਕੇ ਬਾਅਦ ਇਕੱਤਰ ਕੀਤਾ। ਗੱਦੀ ਕਦੋਂ ਮਿਲੀ ਸੀ ਸਵਾਲ ਗੱਦੀ ਦਾ, ਕਿਉਂਕਿ ਜਿੰਨੀ ਦੇਰ ਗੁਰਿਆਈ ਨਹੀਂ ਹੁੰਦੀ ਉਨਾ ਚਿਰ ਸ਼ਬਦ ਗੁਰੂ ਦਾ ਨਹੀਂ ਬਣਦਾ। ਇਹ ਫੈਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ। ਗੁਰੂ ਕਹਿੰਦੇ ਨੇ ਗੁਰ ਕਾ ਸ਼ਬਦ, ਗੁਰ ਕਾ ਸ਼ਬਦ ਗੁਰ ਥੈ ਟਿਕੈ ਹੋਰ ਥੈ ਪ੍ਰਗਟ ਨਾ ਹੋਏ। ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਮੰਨਾਂਗੇ? ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਗੁਰੂ ਦਾ ਸ਼ਬਦ ਕੇਵਲ ਗੁਰੂ ਵਿੱਚ ਹੁੰਦਾ ਹੈ। ਫਿਰ ਮੈਨੂੰ ਦੱਸਿਓ, ਮੈਂ ਕਿਸੇ ਦਾ ਵਿਰੋਧੀ ਨਹੀਂ, ਲੇਕਿਨ ਸਵਾਲ ਕਰਨਾ ਅਤੇ ਉਸ ਸਵਾਲ ਦੇ ਆਧਾਰ 'ਤੇ ਆਪਣਾ ਸ਼ੰਕਾ ਨਿਵਰਤ ਕਰਨਾ ਅਤੇ ਮੇਰਾ ਵੀ ਹੱਕ ਹੈ ਨਾ, ਇੱਕ ਸਿੱਖ ਹੋਣ ਦੇ ਨਾਤੇ ਮੇਰਾ ਸ਼ੰਕਾ ਹੀ ਨਿਵਰਤ ਕਰ ਦਿਓ। ਜੇ ਉਹਦੇ ਵਿੱਚ ਨਹੀਂ ਤਾਂ ਕਿਹਦੇ ਵਿੱਚ? ਅਤੇ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਤਾਂ ਫਿਰ ਅਸੀਂ ਚੌਪਾ ਹੀ ਕਿਉਂ ਰਿੜਕੀ ਜਾਂਦੇ ਹਾਂ? ਕਿਤੇ ਐਸਾ ਤਾਂ ਨਹੀਂ ਦੱਦ ਕੇ ਭੋਲੇ ਬਰੋਲੇ ਨੀਰ ਦਹੀਂ ਦੇ ਭੁਲੇਖੇ ਪਾਣੀ ਰਿੜਕੀ ਜਾਂਦੇ ਹਾਂ? ਜੇ ਤਾਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਮੈਨੂੰ ਦੱਸੋ, ਮੈਂ ਸਿਰ ਝੁਕਾਵਾਂਗਾ। ਫੈਸਲਾ ਗੁਰੂ ਦਾ ਹੈ ਕਿ ਗੁਰ ਕਾ ਸ਼ਬਦ ਗੁਰ ਥੈ ਟਿਕੇ, ਇਹ ਫੈਸਲਾ ਵੀ ਮੇਰਾ ਨਹੀਂ। ਗੁਰੂ ਦਾ ਸ਼ਬਦ ਜਿਹੜਾ ਉਹਦੀ ਨਿਸ਼ਾਨੀ ਉਹ ਗੁਰੂ ਦੇ ਵਿੱਚ ਹੈ। ਗੁਰੂ ਕਿਹੜਾ? ਸ੍ਰੀ ਗੁਰੂ ਗ੍ਰੰਥ ਸਾਹਿਬ, ਜਾਂ ਮੰਨੋ ਕੋਈ ਤਾਰੀਖ ਦੱਸੋ ਜਿਸ ਦਿਨ ਕਿਸੇ ਹੋਰ ਗ੍ਰੰਥ ਨੂੰ ਵੀ ਗੁਰੂ ਸਥਾਪਿਤ ਕੀਤਾ ਹੋਵੇ, ਕੋਈ ਚੀਜ਼ ਤਾਂ ਮੇਰੇ ਪੱਲੇ ਵੀ ਪੈਣੀ ਚਾਹੀਦੀ ਹੈ ਨਾ, ਜਾਂ ਮੇਰਾ ਇਹ ਸ਼ੰਕਾ ਨਿਵਰਤ ਕਰੋ। ਅਤੇ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਹੋਰ ਗ੍ਰੰਥ ਨੂੰ ਗੁਰਿਆਈ ਨਹੀਂ ਮਿਲੀ ਤੇ ਫਿਰ ਉਹਦੇ ਵਿਚਲਾ ਸ਼ਬਦ ਗੁਰੂ ਸ਼ਬਦ ਕਿਵੇਂ ਹੋਇਆ? ਇਹ ਫੈਸਲਾ ਗੁਰੂ ਦਾ, ਗੁਰ ਕਾ ਸ਼ਬਦ ਗੁਰ ਥੈ ਟਿਕੇ, ਤੇ ਜਿਹੜਾ ਗੁਰੂ ਥੇ ਵਿੱਚ ਨਹੀਂ ਟਿਕਿਆ ਹੋਇਆ, ਜੇ ਵੇਖੋ ਜੇ ਦਸਮ ਪਿਤਾ ਜੀ ਨੇ, ਮੈਂ ਹੈਰਾਨ ਹੁੰਦਾ ਇੱਕ ਗੱਲ ਵੀ, ਕਈ ਸਵਾਲ ਖੜੇ ਹੁੰਦੇ ਨੇ। ਦਸਮ ਪਿਤਾ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪਾਈ, ਆਪਣੀ ਕੋਈ ਰਚਨਾ ਵੀ ਪਾ ਸਕਦੇ ਸਨ, ਕੌਣ ਰੋਕ ਸਕਦਾ ਸੀ? ਜੇ ਪਾਈ ਤਾਂ ਕੋਈ ਸਫ਼ਾ, ਕੋਈ ਅੰਕ, ਕੋਈ ਪੇਜ ਦੱਸੋ। ਬਿਲਕੁਲ ਬਿਲਕੁਲ
ਤੇ ਜਿਹੜਾ ਕੰਮ ਗੁਰੂ ਨੇ ਨਹੀਂ ਕੀਤਾ ਸਾਨੂੰ ਕੀ ਅਧਿਕਾਰ ਹੈ? ਗੁਰੂ ਦੇ ਫੈਸਲਿਆਂ ਦੇ ਉੱਤੇ ਆਪਣੀ ਮਰਜ਼ੀ ਠੋਸਣੀ, ਗੁਰੂ ਦੇ ਫੈਸਲਿਆਂ ਨੂੰ ਦਰਕਿਨਾਰ ਕਰਕੇ ਇੱਕ ਪਾਸੇ ਰੱਖ ਕੇ ਆਪਣੇ ਆਪ ਨੂੰ, ਆਪਣੀ ਸਿਆਣਪ ਨੂੰ ਅਗਵਾਈ ਦੇਣਾ ਸਾਡੇ ਸਾਹਮਣੇ। ਮੈਂ ਹੈਰਾਨ ਹੁੰਦਾ ਗੁਰੂ ਸ਼ਬਦ ਦਾ ਕੀ ਫਰਕ ਹੈ। ਅੱਜ ਜਿੱਥੇ ਤੁਸੀਂ ਬੈਠੇ ਹੋ ਨੇੜੇ ਹੈ ਨਾ ਸਥਾਨ ਨਾਨਕ ਮਤਾ, ਨੇੜੇ ਸਥਾਨ ਹੈ ਨਾਨਕ ਮਤਾ। ਇਹ ਮਤਾ ਕਿਉਂ? ਕਿਉਂਕਿ ਮਤ ਵਿੱਚੋਂ ਮਤਾ ਵਿਚਾਰ ਤੋਂ ਪੈਦਾ ਹੋਇਆ। ਇੱਥੇ ਮੁਕਾਬਲੇ ਤੇ ਪਾਣੀ ਵਾਲੇ ਮਤੇ ਲੈ ਕੇ ਬੈਠੇ ਜੋਗੀ ਵੀ ਸਨ, ਉਹ ਵੀ ਬੈਠੇ ਸਨ। ਪਰ ਗੁਰੂ ਨਾਨਕ ਨੇ ਪਤਾ ਜੇ ਜਵਾਬ ਕੀ ਦਿੱਤਾ ਉਹ ਪੜ੍ਹ ਲਓ। ਬਾਬਾ ਆਖੇ ਨਾਥ ਜੀ ਅਸੀਂ ਵੇਖਣ ਜੋਗੀ ਵਸਤ ਨਾ ਕਹੀ, ਗੁਰਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਰਹਿ ਰਾਈ। ਮੈਂ ਅੱਗੇ ਚ ਪਹੁੰਚਾ, ਅੱਗੇ ਜਾ ਕੇ ਇੱਕ ਗੱਲ ਕਹਿੰਦੇ ਨੇ ਕਿ ਸਿੱਧ ਤੰਤਰ ਮੰਤਰ ਕਰ ਚੜ ਪਿਆ ਤੇ ਫੈਸਲਾ ਕਿਹਨੇ ਕੀਤਾ? ਭਲਿਓ ਮੈਂ ਤੇ ਆਪਣੀ ਜ਼ਬਾਨੋਂ ਕੁਝ ਫੈਸਲਾ ਦੇਣ ਲਈ ਤਿਆਰ ਨਹੀਂ, ਗੁਰਬਾਣੀ ਨੂੰ ਸਮਝੋ। ਸਿੱਧ ਤੰਤਰ ਮੰਤਰ ਕਰ ਚੜ ਪਏ ਤੇ ਨਾਨਕ ਮਤਾ ਕਿਵੇਂ ਬਣਿਆ? ਸ਼ਬਦ ਗੁਰੂ ਕੇ ਕਲਸ਼ ਪਾਏ, ਗੁਰੂ ਦੇ ਸ਼ਬਦ ਦਾ ਜਿਹੜਾ ਮਤਾ ਸੀ ਉਹ ਇੱਕ ਕਲਾ ਸੀ। ਅੱਜ ਸਾਡਾ ਦੁਖਾਂਤ ਫਿਰ ਉਹ ਪੈਦਾ ਹੋ ਗਿਆ, ਅਸੀਂ ਵਿਚਾਰ ਨਾਲ ਇਹ ਪਛਾਣ ਵੀ ਨਹੀਂ ਕਰਨ ਦੀ ਕੋਸ਼ਿਸ਼ ਕਰ ਰਹੇ। ਭੁਲੇਖੇ ਪੈਂਦੇ ਨੇ, ਖਾਸ ਕਰਕੇ ਆਮ ਦੁਨੀਆ ਦਾ ਮਨੁੱਖ ਜੇ ਆਖੇ ਕਿ ਇੰਨਾ ਸਿਆਣਾ ਹੋ ਜਾਏ ਕਿ ਉਹ ਕਦੀ ਭੁੱਲੇ ਹੀ ਨਾ, ਗੁਰੂ ਨੇ ਵੀ ਆਖ ਦਿੱਤਾ ਕਿ ਦੁਨੀਆ ਦਾ ਹਰ ਮਨੁੱਖ ਭੁੱਲ ਸਕਦਾ, ਭੁੱਲਣ ਅੰਦਰ ਸਭ ਕੋ ਭੁੱਲ, ਸਿਰਫ ਦੋ ਨੇ ਗੁਰੂ ਤੇ ਨਿਰੰਕਾਰ ਕਰਤਾਰ। ਅਸੀਂ ਵੀ ਭੁੱਲ ਸਕਦੇ ਹਾਂ, ਪਰ ਭਲਿਓ ਉਸ ਭੁੱਲ ਨੂੰ ਸੁਧਾਰਨ ਲਈ ਗੁਰੂ ਦੀ ਅਗਵਾਈ ਦੀ ਲੋੜ ਹੈ ਨਾ। ਗੁਰੂ ਸਾਨੂੰ ਭੁੱਲਣ ਤੋਂ ਬਚਾਏ, ਭੁੱਲੇ ਸਿੱਖ ਗੁਰੂ ਸਮਝਾਏ, ਗੁਰਬਾਣੀ ਭੁੱਲੇ ਸਿੱਖ ਗੁਰੂ ਸਮਝਾਏ, ਔਜੜ ਜਾਂਦੇ ਮਾਰਗ ਪਾਏ ਉਹ ਰਸਤਾ ਦਿੰਦਾ। ਹੁਣ ਗੁਰੂ ਆਖ ਰਿਹਾ ਭਲਿਆ ਤੂੰ ਸ਼ਬਦ ਦੀ ਪਛਾਣ ਕਰ, ਇਹ ਹਿੜ ਤੇ ਹਿੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਸ਼ਬਦ ਦੀ ਪਛਾਣ ਕਰ, ਕਿਤੇ ਐਸਾ ਨਾ ਹੋਵੇ ਤੈਨੂੰ ਸ਼ਬਦ ਦੀ ਪਛਾਣ ਨਾ ਰਹੇ ਤੇ ਤੂੰ 100 ਸਾਲ ਤੋਂ ਅੱਜ ਚੌਪਈ ਰਿੜਕੀ ਜਾਣਾ। 100 ਕਿਸੇ ਦੀ ਸ਼ਰਾਰਤ ਕਿੱਡੀ ਵੱਡੀ ਹੈ ਕਿ ਸਤਿਗੁਰੂ ਗੁਰੂ ਦਸਮ ਪਿਤਾ ਦੇ ਕਰੀਬ 200 ਸਾਲ ਬਾਅਦ। ਇਤਿਹਾਸ ਪੜ੍ਹ ਲਓ, ਮੈਂ ਤੁਹਾਡੇ ਸਾਹਮਣੇ ਜਿਸ ਕਿਸੇ ਨੂੰ ਸ਼ੰਕਾ ਹੋਵੇ ਮੈਂ ਮੇਰੇ ਕੋਲ ਇੰਟਰਨੈਟ ਨਾਲ ਹੈ, ਮੈਂ ਤੁਹਾਨੂੰ ਦਿਖਾ ਸਕਦਾ। ਮੈਂ ਕਿਉਂਕਿ ਮੈਂ ਉਹ ਗੱਲ ਨਹੀਂ ਕਰਨ ਰਹਿੰਦਾ ਜਿਹਦੇ ਪਿੱਛੇ ਕੋਈ ਲੌਜਿਕ ਤਾਂ ਨਾ ਹੋਵੇ। ਅਜੀਬ ਘਟਨਾ ਕਿ ਰਤਨ ਸਿੰਘ ਜੱਗੇ ਨੇ ਵੀ ਇਹ ਗੱਲ ਲਿਖ ਦਿੱਤੀ, ਭਾਈ ਕਾਨ ਸਿੰਘ ਨਾਭਾ ਨੇ ਵੀ ਇਹ ਗੱਲ ਲਿਖ ਦਿੱਤੀ ਕਿ ਜਿਹੜੀਆਂ ਰਚਨਾਵਾਂ ਅੱਜ ਅੰਮ੍ਰਿਤ ਛਕਾਣ ਵਿੱਚ ਤੁਸੀਂ ਸ਼ਾਮਿਲ ਕਰ ਦਿੱਤੀਆਂ ਨੇ, ਜਿਨ੍ਹਾਂ ਨੂੰ ਆਪਣੇ ਨਿਤਨੇਮ ਦਾ ਹਿੱਸਾ ਬਣਾ ਲਿਆ, ਇਹ ਬਾਣੀਆਂ ਦਾ ਜ਼ਿਕਰ 1890 ਦੇ ਆਸ ਪਾਸ ਪਹਿਲੀ ਵਾਰ ਕਿਸੇ ਗ੍ਰੰਥ ਵਿੱਚ ਹੋਇਆ। 1699 ਵਿੱਚ ਗੁਰੂ ਦਸਮ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਝੋਲੀ ਪਾਈ ਹੈ, 200 ਸਾਲ ਦਾ ਵਕਫਾ ਹੋਇਆ। 200 ਸਾਲ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਵੀ ਬਾਣੀਆਂ ਗੁਰੂ ਸਾਹਿਬ ਨੇ ਕਿਹੜੀਆਂ ਪੜ੍ਹੀਆਂ ਨੇ।
ਕਿਸੇ ਇਤਿਹਾਸਕਾਰ ਨੇ ਨਹੀਂ ਲਿਖੀਆਂ, ਸਾਡੇ ਸਾਹਮਣੇ ਸਾਰੇ ਇਤਿਹਾਸ ਨੇ। ਜੇ ਤੁਹਾਡੇ ਕੋਲ ਵੀਰਾਂ ਕੋਲ ਕੋਈ ਇਤਿਹਾਸ ਇਸ ਤੋਂ ਵੱਖਰਾ ਹੈ ਤਾਂ ਬੜੀ ਖੁਸ਼ੀ ਨਾਲ ਮੇਰਾ ਸ਼ੰਕਾ ਨਿਵਰਤ ਕਰੋ, ਪਰ ਨਹੀਂ ਭਰਿਓ। ਸਾਡੇ ਜੀਵਨ ਦਾ ਕੀਮਤੀ ਸਮਾਂ ਵਿਅਰਥ ਗੁਆਉਣ ਲਈ, ਜੀਵਨ ਬੜਾ ਕੀਮਤੀ ਹੈ, ਇਹ ਪਾਣੀ ਰਿੜਕ ਕੇ ਨਹੀਂ ਗੁਜ਼ਾਰਨਾ ਚਾਹੀਦਾ। ਜੀਵਨ ਬੜਾ ਕੀਮਤੀ ਹੈ, ਰੇੜਕਾ ਪਹਿਣਾ ਚਾਹੀਦਾ। ਰੇੜਕਾ ਦਾ ਅਰਥ ਹੈ ਵਿਚਾਰ, ਪੜਚੋਲ, ਪਰ ਪਾਣੀ ਤੇ ਨਹੀਂ। ਜੇ ਕਿਸੇ ਕੋਲ ਇਹ ਕੋਈ ਪਰੂਫ ਹੋਵੇ ਕਿ ਜਿਹਨੂੰ ਅਸੀਂ ਆਪਣੀ ਬਾਣੀ ਆਖ ਰਹੇ ਹਾਂ, ਜਿਹਨੂੰ ਅਸੀਂ ਅਜੀਬ ਘਟਨਾ ਇਹ ਹੈ ਕਿ ਇੱਕ ਪਾਸੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਅੰਮ੍ਰਿਤ ਛਕੋ ਜੀ ਗੁਰੂ ਵਾਲੇ ਬਣੋ, ਇਹਦਾ ਮਤਲਬ ਅੰਮ੍ਰਿਤ ਮਿਲੇ ਗੁਰੂ ਵਾਲਾ ਨਹੀਂ। ਅਤੇ ਜਦੋਂ ਗੁਰੂ ਵਾਲੇ ਬਣਨ ਦਾ ਮਸਲਾ ਆਉਂਦਾ ਉਦੋਂ 60% ਉਹ ਗ੍ਰੰਥ ਹੈ ਜਿਹਦਾ ਨਾਂ ਹੀ ਕੋਈ ਨਹੀਂ। ਉਹ ਮੈਂ ਨਹੀਂ, ਮੈਂ ਤੁਹਾਡੇ ਸਾਹਮਣੇ ਕਲਮਾਂ ਰੱਖ ਦਿੰਦਾ, ਉਹ ਹਿਸਟਰੀ ਰੱਖ ਦਿੰਦਾ ਜਿਹੜੇ ਆਪ ਕਹਿੰਦੇ ਨੇ ਕਿ ਜਦੋਂ ਤੋਂ ਇਹਨੇ ਇਸ ਗ੍ਰੰਥ ਨੇ ਜਨਮ ਲਿਆ ਉਦੋਂ ਤੋਂ ਦੁਬਦਾ ਪਈ ਹੋਈ। ਇਹਦੇ ਕਰਤੱਤਵ ਦਾ, ਇਹਦੇ ਲਿਖਣ ਵਾਲੇ ਦਾ ਕੋਈ ਨਾਂ ਹੀ ਨਹੀਂ। ਬੜੀ ਅਜੀਬ ਗੱਲ ਹੈ, ਅਸੀਂ ਉਹਨਾਂ ਕਰਤਾਵਾਂ ਨੂੰ ਜਿੰਦਾ ਦਾ ਕੋਈ ਨਾਂ ਨਹੀਂ, ਜਿਹਦੇ ਵਿੱਚੋਂ ਕੋਈ ਮੱਖਣ ਨਹੀਂ ਨਿਕਲਣਾ, ਜਿਹਦੇ ਵਿੱਚੋਂ ਕੋਈ ਤੱਤ ਨਹੀਂ ਨਿਕਲਣਾ, ਉਹਦੇ 'ਤੇ ਅਸੀਂ ਜ਼ਿੰਦਗੀ ਦਾ ਇੰਨਾ ਕੀਮਤੀ ਸਮਾਂ ਇਨਵੈਸਟ ਕਰ ਰਹੇ ਹਾਂ ਕਿ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ ਭਰੋਸਾ ਨਹੀਂ, ਸਾਨੂੰ ਇਹ ਯਕੀਨ ਨਹੀਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਲਈ ਅੰਮ੍ਰਿਤ ਤਿਆਰ ਕਰ ਸਕਦੀ, ਕਿ ਸਾਨੂੰ ਇਹ ਵਿਸ਼ਵਾਸ ਨਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਿਤਨੇਮ ਸਾਡਾ ਨਿਤਨੇਮ ਹੋ ਸਕਦਾ। ਬੜਾ ਲੰਬਾ ਚੌੜਾ ਵਿਸਥਾਰਵਿਕ ਸਬਜੈਕਟ ਹੈ, ਮੇਰਾ ਇਹ ਇੱਕ ਦਿਨ ਵਿੱਚ ਖਤਮ ਨਹੀਂ ਹੋਣਾ, ਪਰ ਮੈਂ ਇੰਨਾ ਕੁ ਤੁਹਾਡੇ ਹਿਰਦਿਆਂ ਵਿੱਚ ਸਵਾਲ ਖੜਾ ਕਰਨਾ ਚਾਹੁੰਦਾ, ਕਮ ਸੇ ਕਮ ਤੁਸੀਂ ਮੇਰੀ ਗੱਲ ਮੰਨੋ ਨਾ, ਫੈਸਲਾ ਮੇਰਾ ਨਾ ਮੰਨੋ, ਕਮ ਸੇ ਕਮ ਇਸ ਗੱਲ ਨੂੰ ਵਿਚਾਰੋ, ਜ਼ਰੂਰ ਆਪਣੀ ਵਿਚਾਰ ਦਾ ਕੇਂਦਰ ਬਣਾਓ। ਆਪਣੇ ਜੀਵਨ ਵਿੱਚ ਇੱਕ ਘੰਟਾ ਅੱਧਾ ਘੰਟਾ ਰੋਜ਼ ਦਾ ਇਸ ਪਾਸੇ ਲਾਓ ਕਿ ਸਾਨੂੰ ਪਤਾ ਲੱਗ ਜਾਏ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਦਲੇ ਵਿੱਚ ਕੀ ਕਰ ਰਹੇ, ਕਿਤੇ ਪਾਣੀ ਤਾਂ ਨਹੀਂ ਰਿੜਕ ਰਹੇ। ਅਤੇ ਬਾਬਾ ਕਬੀਰ ਜੀ ਨੇ ਇਹੋ ਸਵਾਲ ਖੜਾ ਕੀਤਾ, ਉਹ ਕਹਿੰਦੇ ਨੇ ਉਹ ਦੁਨੀਆਂ ਦੇ ਲੋਕੋ, ਮੈਂ ਇੱਕ ਅਸਰਤ ਜਿਹਾ ਨਜ਼ਾਰਾ ਵੇਖਿਆ ਇਸ ਸੰਸਾਰ ਦਾ, ਉਹ ਇਹ ਕਿ ਦੱਦ ਕੇ ਭੋਲੇ ਬਰੋਲੇ ਨਹੀਂ, ਦਹੀਂ ਦੇ ਭੁਲੇਖੇ ਪਾਣੀ ਰਿੜਕੀ ਜਾਂਦਾ, ਇਹਨੂੰ ਸੋਚਣ ਦਾ ਟਾਈਮ ਹੀ ਨਹੀਂ, ਵਿਚਾਰਨ ਦਾ ਟਾਈਮ ਹੀ ਨਹੀਂ ਕਿ ਦਹੀਂ ਕਿਹੜੀ ਹੈ ਅਤੇ ਪਾਣੀ ਕਿਹੜਾ ਹੈ। ਇਹਨੂੰ ਇੰਨਾ ਹੀ ਨਹੀਂ ਪਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਬਚਿੱਤਰ ਨਾਟਕ ਵਿੱਚ ਫਰਕ ਕੀ ਹੈ। ਸਤਿਗੁਰੂ ਨੇ ਬਾਣੀ ਅੰਦਰ ਇਕੱਠਾ ਗੱਲ ਕਹੀਏ, ਜੇ ਆਪ ਪਰਖ ਨਾ ਆਵੇ ਤਾਂ ਪਰਖੀਆਂ ਪਾਸੋਂ ਲੈ ਪਰਖਾਏ। ਜੇ ਕਿਸੇ ਗੱਲ ਦਾ ਕਈ ਵਾਰੀ ਅਪਹੋਲ ਆਪ ਨੂੰ ਨਹੀਂ ਪਤਾ ਹੁੰਦਾ ਤਾਂ ਸਾਧ ਸੰਗਤ ਕਿਉਂ ਬਣੀ। ਆ ਤੁਸੀਂ ਵੀ ਭਾਗਾਂ ਵਾਲੇ ਹੋ, ਮੈਂ ਤਾਂ ਸਮਝਦਾ ਕਿ ਇੰਨੇ ਦੂਰ ਬੈਠੇ ਹੋਏ ਵੀ ਤੁਸੀਂ ਸਤਸੰਗ ਦੇ ਸਾਧਨ ਬਣਾ ਲੈਂਦੇ ਹੋ। ਇਹਨੂੰ ਕੇਵਲ ਰਸਮੀ ਸਤਸੰਗ ਨਾ ਬਣਾਓ, ਇਹਨੂੰ ਆਪਸ ਵਿੱਚ ਮਿਲ ਬੈਠ ਕੇ ਗੁਰਮਤਿ ਗੁਰਬਾਣੀ ਵਿਚਾਰਨ ਦਾ ਕੇਂਦਰ ਬਣਾਓ। ਇਸ ਤਰ੍ਹਾਂ ਦੇ ਸਤਸੰਗ ਖੜ੍ਹੇ ਕਰੋ, ਉਹਦੇ ਵਿੱਚ ਵਿਦਵਾਨਾਂ ਨੂੰ ਬੁਲਾਓ, ਤੁਹਾਡੇ ਇਲਾਕੇ 'ਚ ਵੀ ਚੰਗੇ ਚੰਗੇ ਵਿਦਵਾਨ ਬੈਠੇ ਨੇ, ਉਹਨਾਂ ਦੇ ਸਾਹਮਣੇ ਇਹੀ ਸਵਾਲ ਰੱਖੋ ਅਤੇ ਫਿਰ ਬਾਅਦ ਦਲੀਲ ਉਹਨਾਂ ਕੋਲੋਂ ਪੁੱਛ ਕੇ ਫੈਸਲੇ ਕਰੋ। ਪਰ ਹਰ ਦਲੀਲ ਹਰ ਫੈਸਲਾ ਹੋਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛ ਕੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ। ਕਾਰਨ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਗੁਰਿਆਈ ਗੁਰੂ ਦਸਮ ਪਿਤਾ ਨੇ ਆਪਣੀ ਮੌਜੂਦਗੀ ਵਿੱਚ ਦਿੱਤੀ ਹੈ ਤਾਂ ਕਿਸੇ ਹੋਰ 'ਤੇ ਫੈਸਲਾ ਨਹੀਂ ਛੱਡਿਆ। ਅਤੇ ਬਾਬਾ ਕਬੀਰ ਜੀ ਨੇ ਵੀ ਇਹੋ ਗੱਲ ਆਖੀ, ਕਹਿਣ ਲੱਗੇ ਐਸੋ ਅਚਰਜ ਦੇਖਿਓ ਕਬੀਰ, ਐਸੋ ਅਚਰਜ ਦੇਖਿਓ ਕਬੀਰ,
ਤਦ ਕੇ ਭੋਲੇ ਬਿਰੋਲੇ ਦੰਦ ਕੇ ਭੋਲੇ ਬਿਰੋਲੇ ਨੀਰ ਐਸੋ ਅਚਰਜ ਦੇਖਿਓ ਕਬੀ ਐਸੋ ਅਚਰਜ ਦੇਖਿਓ ਕਬੀ ਐਸੋ ਅਚਰਜ ਦੇਖਿਓ ਕਬੀ ਜੀਵਨ ਦਾ ਸਮਾਂ ਬੜਾ ਕੀਮਤੀ ਹੈ ਪਹਿਲਾਂ ਤਾਂ ਅਸੀਂ ਧਰਮ ਦੇ ਖੇਤਰ ਵਿੱਚ ਧਰਮ ਦੇ ਖਾਤੇ ਵਿੱਚ ਬਹੁਤਾ ਸਮਾਂ ਕੱਢਦੇ ਹੀ ਨਹੀਂ ਹੈ ਇੰਨੇ ਬਿਜ਼ੀ ਹਾਂ ਲਾਈਫ ਅੱਗੇ ਨਾਲੋਂ ਜ਼ਿਆਦਾ ਬਿਜ਼ੀ ਹੋ ਗਈ ਹਾਲਾਂਕਿ ਮਸ਼ੀਨਰੀ ਯੁੱਗ ਹੈ ਉਹਨੇ ਸਾਡੇ ਜੀਵਨ ਨੂੰ ਆਸਾਨ ਕਰਨ ਦੀ ਸੌਖਾ ਕਰਨ ਦੀ ਕੋਸ਼ਿਸ਼ ਕੀਤੀ ਕਈ ਕੰਮ ਸਾਨੂੰ ਕਰਨੇ ਨਹੀਂ ਪੈਂਦੇ ਮਸ਼ੀਨਾਂ ਹੀ ਕਰ ਜਾਂਦੀਆਂ ਪਰ ਨਤੀਜਾ ਅੱਜ ਵੀ ਇਹ ਹੈ ਕਿ ਸਾਡੇ ਕੋਲ ਇਸ ਮਾਹੌਲ ਵਿੱਚ ਵੀ ਧਰਮ ਲਈ ਧਰਮ ਦੀ ਵਿਚਾਰ ਲਈ ਬਹੁਤਾ ਸਮਾਂ ਨਹੀਂ ਅਤੇ ਜੇ ਅਸੀਂ ਥੋੜ੍ਹਾ ਬਲਾ ਸਮਾਂ ਕੱਢ ਕੇ ਉਹਦੀ ਤੂੰ ਵੀ ਫਾਇਦਾ ਨਾ ਉਠਾਇਆ ਤਾਂ ਜੀਵਨ ਬੜਾ ਕੀਮਤੀ ਹੈ ਇਹ ਵਧਣਾ ਨਹੀਂ ਇਹ ਨਹੀਂ ਕਿ ਅਸੀਂ 10-20 ਸਾਲ ਹੋਰ ਬਣਾ ਲਵਾਂਗੇ ਆਪਣੀ ਮਰਜ਼ੀ ਨਾਲ ਇੰਨੇ ਨਹੀਂ ਵਧਣਾ ਇਸ ਲਈ ਇਸ ਜੀਵਨ ਦੇ ਸਮੇਂ ਤੋਂ ਲਾਭ ਅਨਿਆਈ ਨਾ ਗੁਆ ਅਤੇ ਅਨਿਆਈ ਗੁਆਉਣ ਦਾ ਮਤਲਬ ਹੈ ਬੇਅਰਥ ਜਾਣਾ ਜਿਸ ਚੀਜ਼ ਦਾ ਕੋਈ ਅਰਥ ਨਾ ਹੋਵੇ ਅਤੇ ਹੈਰਾਨ ਇਸ ਗੱਲ 'ਤੇ ਆ ਸਮਾਂ ਸਾਡੇ ਕੋਲ ਅੱਜ ਦਾ ਇੱਕ ਸਮਾਂ ਇਕੱਠੇ ਹੋਏ ਆ ਨਹੀਂ ਤਾਂ ਮੈਂ ਚਾਹੁੰਦਾ ਇਹੋ ਹੀ ਸਵਾਲ ਤੁਹਾਡੇ ਕੋਲ ਹੋਣ ਤੁਸੀਂ ਦਾਸ 'ਤੇ ਕਰੋ ਮੈਂ ਤੁਹਾਡੇ ਸਾਹਮਣੇ ਉਹ ਸੱਚਾਈ ਇਹ ਨਹੀਂ ਆਪਣੀ ਜ਼ਬਾਨ ਨੂੰ ਰੱਖਾਂ ਤੁਹਾਡੇ ਸਾਹਮਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਰੱਖਦੇ ਹਾਂ ਅਤੇ ਫਿਰ ਤੁਹਾਡੇ ਕੋਲੋਂ ਪੁੱਛਾਂ ਵੀ ਦੱਸੋ ਅਜੇ ਵੀ ਸਾਡੀ ਪਛਾਣ ਵਿੱਚ ਕੋਈ ਅੰਤਰ ਹੈ ਕੋਈ ਭੁਲੇਖਾ ਹੈ ਕਿਤੇ ਐਸਾ ਨਾ ਹੋਵੇ ਫਿਰ ਵੀ ਸਾਨੂੰ ਦੱਧ ਦੇ ਅਤੇ ਪਾਣੀ ਦੇ ਨੀਲ ਦੇ ਭੁਲੇਖਾ ਹੀ ਪੈ ਦੱਧ ਕੇ ਭੋਲੇ ਬਰੋਲੇ ਨੀਲ ਇਸ ਲਈ ਪਛਾਣੋ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ 'ਤੇ ਪਰਖ ਕੇ ਪਛਾਣੋ ਸਾਡੇ ਗੁਰੂ ਦੀ ਅੰਮ੍ਰਿਤਮਈ ਬਾਣੀ ਕਿਹੜੀ ਸਾਡੇ ਜੀਵਨ ਦਾ ਸਹਾਰਾ ਉਹ ਹੀ ਹੈ ਬਹੁਤ ਕੁਝ ਸਾਡੇ ਨਾਲ ਹੋਇਆ ਹੈ ਇਹੋ ਜਿਹੇ ਸਾਡੇ ਜੀਵਨ ਵਿੱਚ ਚੀਜ਼ਾਂ ਪ੍ਰਵੇਸ਼ ਕਰ ਗਈਆਂ ਨੇ ਜਿਨ੍ਹਾਂ ਨੂੰ ਅੱਜ ਸਾਨੂੰ ਛੱਡਣਾ ਔਖਾ ਹੋ ਗਿਆ ਸ਼ਰਾਬੀ 10 ਦਿਨ ਸ਼ਰਾਬ ਪੀ ਲੈਂਦਾ ਅਤੇ ਉਹਨੂੰ ਤੁਸੀਂ ਆਖੋ ਸ਼ਰਾਬ ਛੱਡ ਦੇ ਹਾਲਾਂਕਿ ਉਹਨੂੰ ਬੇਸ਼ੱਕ ਇਹ ਵੀ ਸਾਬਤ ਕਰੋ ਵੀ ਇਹਦੇ ਵਿੱਚ ਮੌਤ ਹੈ ਬਿਮਾਰੀਆਂ ਨੇ ਨਹੀਂ ਛੱਡ ਸਕਦਾ ਉਹਦਾ ਨਸ਼ਾ ਹੈ ਅਤੇ ਜਿਹੜੀਆਂ ਚੀਜ਼ਾਂ ਸਾਡੇ ਗੱਲ 100 ਸਾਲ ਪਹਿਲਾਂ ਪਾ ਦਿੱਤੀਆਂ ਗਈਆਂ ਉਹ ਸਾਡੇ ਜੀਵਨ ਦਾ ਇੱਕ ਨਸ਼ਾ ਬਣ ਗਈਆਂ ਸਾਨੂੰ ਇਹ ਸੋਚਣਾ ਹੀ ਮੁਸ਼ਕਲ ਹੋ ਗਿਆ ਵੀ ਇਹ ਗੱਲ ਕਿਵੇਂ ਛੱਡੀ ਲੇਕਿਨ ਵਿਸ਼ਵਾਸ ਕਰਿਓ ਜਿਸ ਦਿਨ ਅਸੀਂ ਵਿਚਾਰ ਦੇ ਖੇਤਰ ਵਿੱਚ ਜਾਵਾਂਗੇ ਜਿਸ ਦਿਨ ਅਸੀਂ ਪਰਖ ਦੇ ਖੇਤਰ ਵਿੱਚ ਜਾਵਾਂਗੇ ਉਸ ਦਿਨ ਸਾਨੂੰ ਵਿਸ਼ਵਾਸ ਹੋ ਜਾਏਗਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਕਿੱਧਰ ਲਾਉਂਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਤੇ ਉਹਨਾਂ ਚੀਜ਼ਾਂ ਵਿੱਚ ਕਿੰਨਾ ਕੁ ਅੰਤਰ ਹੈ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁੱਢੇ ਪੈ ਜਿਵੇਂ ਪਹਿਲਾਂ 20 ਆਖ ਰਹੇ ਸਨ ਇਹ ਨਾ ਸਹੀ 98 ਦੀ ਪਰ 82 ਸਾਲ ਦੀ ਉਮਰ ਹੋ ਗਈ ਸਰੀਰਕ ਤੌਰ 'ਤੇ ਵੀ ਕਈ ਪੌਕੜਾਂ ਨੇ ਮੇਰੇ ਖਿਆਲ 5 ਦੇ ਕਰੀਬ ਸਰਜਰੀਆਂ ਹੋ ਚੁੱਕੀਆਂ ਨੇ ਅਜੇ ਤੱਕ ਅੱਗੇ ਚੌਕੜੀ ਮਾਰ ਕੇ ਬੈਠਦਾ ਸੀ ਹੁਣ ਚੌਕੜੀ ਮਾਰ ਕੇ ਇਸ ਲਈ ਬੜੀ ਸੀਮਤ ਸੀ ਸੇਵਾ ਨਾਲ ਤੁਹਾਡੇ ਵਿੱਚ ਤੁਰਿਆ ਫਿਰਨਾ ਵੀ ਮੈਂ ਅੰਦਰ ਨਾ ਬਵਾਂ ਮੈਸੇਜ ਸਤਿਗੁਰੂ ਦਾ ਸਤਿਗੁਰੂ ਦੇ ਸ਼ਬਦ ਦਾ ਮੈਸੇਜ ਮੈਂ
ਜਿੰਨਾ ਕੁ ਬਾਕੀ ਸਵਾਸ ਨੇ ਸੰਗਤਾਂ ਤੱਕ ਪਹੁੰਚਾਉਂਦਾ ਰਹਿੰਦਾ। ਇਸ ਲਈ ਥੋੜ੍ਹੀ ਸੇਵਾ ਨੂੰ ਵੀ ਕਬੂਲ ਕਰਿਆ ਕਰੋ, ਫਤਿਹ ਬੁਲਾਓ। ਮੈਂ ਇਹ ਵੀ ਦੱਸ ਦਿਆਂ ਵੀ ਕਾਲੇ ਬਸਤੇ ਤੋਂ ਭਰਿਓ, ਕਾਲਾ ਰੰਗ ਤੋਂ ਮੇਰੀ ਸ਼ੌਕ ਨੇ। ਚਲੋ ਸਤਿਗੁਰੂ ਨੇ ਸਿਰਫ ਕੇਵਲ ਇੱਕੋ ਹੀ ਗੱਲ ਆਖੀ ਹੈ ਕਿ ਜਿਹੜੀ ਚੀਜ਼ ਮਨਮੱਤ ਹੈ ਉਹਨੂੰ ਤਿਆਗਣਾ, ਉਹ ਭਾਵੇਂ ਵਿਅਕਤੀ ਹੈ, ਭਾਵੇਂ ਕੋਈ ਵਸਤੂ ਹੈ, ਭਾਵੇਂ ਕੋਈ ਸ਼ਬਦ ਹੈ, ਜਿਹੜੀ ਚੀਜ਼ ਦੀ ਵੀ ਤੁਹਾਨੂੰ ਮਨਮੱਤ ਵਾਲੇ ਪਾਸੇ ਤੋਰਦੀ ਹੈ ਉਹਨੂੰ ਤਿਆਗਣਾ। ਸੋ ਉਹ ਛੇਕਣ ਵਾਲੀ ਮਤਲਬ ਤਿਆਗਣਾ। ਅਸੀਂ ਆਪਣੇ ਜੀਵਨ ਵਿੱਚ ਗੁਰਮਤ ਦੀ ਅਗਵਾਈ ਵਿੱਚ ਇਹ ਦੇਖਣਾ ਕਿ ਸਾਨੂੰ ਰੋਜ਼ ਹੀ ਕੁਝ ਛੇਕਣਾ ਪਵੇ ਤੇ ਛੇਕ ਲਈਏ। ਉਹ ਛੇਕਣਾ ਕੀ ਹੈ? ਤਿਆਗਣਾ, ਤਿਆਗਣ ਨੀਕਾ ਕਾਮ ਕ੍ਰੋਧ ਲੋਭ, ਤਿਆਗਣਾ ਇਹ ਵੀ ਛੇਕਣਾ ਜਿਹੜਾ ਸਾਡੇ ਜੀਵਨ ਵਿੱਚ ਰੋਜ਼ ਆਉਂਦਾ। ਸੋ ਗੁਰੂ ਬਖਸ਼ਿਸ਼ ਕਰੇ ਅਸੀਂ ਗੁਨਾਹਾਂ ਨੂੰ ਛੇਕੀਏ, ਅਸੀਂ ਪਾਪਾਂ ਨੂੰ ਛੇਕੀਏ, ਅਸੀਂ ਮਨਮਤ ਨੂੰ ਛੇਕੀਏ, ਤਾਂ ਕਿ ਗੁਰਮਤ ਸਾਡੀ ਜ਼ਿੰਦਗੀ ਦੇ ਅੰਦਰ ਧਾਰਨ ਹੋਵੇ, ਗ੍ਰਹਿਣ ਹੋ ਜਾਏ। ਮੈਂ ਨਹੀਂ ਚਾਹੁੰਦਾ ਮੈਂ ਗੱਲ ਲੰਬੀ ਕਰੀ ਜਾਵਾਂ, ਸਵਾਲ ਤਾਂ ਖੜ੍ਹੇ ਹੁੰਦੇ ਹੀ ਰਹਿਣਗੇ, ਫਿਰ ਦੁਹਰਾ ਦਿਆ। ਇਹ ਕਾਲੇ ਬਸਤਰ ਕੋਈ ਫਿਰ ਮੈਨੂੰ ਹੁਕਮ ਹੋ ਰਿਹਾ ਬਾਰ ਬਾਰ, ਕਾਲੇ ਬਸਤਰ ਕਿਸੇ ਸ਼ੌਕ ਨਾਲ ਨਹੀਂ, ਕੇਵਲ ਯਾਦ ਹਾਨੀ ਲਈ। ਜਦੋਂ 10-12 ਸਾਲ ਪਹਿਲਾਂ ਸ਼੍ਰੀ ਅਕਾਲ ਹਜ਼ੂਰ ਸਾਹਿਬ ਜਦੋਂ ਇਹ ਗੱਲ ਹੋਈ ਸੀ ਅਤੇ ਇਹ ਗੱਲ ਕਹੀ ਸੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਸਤਿਗੁਰ ਦੇ ਮੁਕਾਬਲੇ 'ਤੇ ਇੱਕ ਵਿਚਾਰੀ ਜਿਹਦੇ 'ਚ ਹੈ ਹੀ ਵਿਚਾਰ ਦਾ ਭਰਿਆ ਹੋਇਆ, ਪੜ੍ਹ ਕੇ ਦੇਖ ਲਓ। ਉਹੀ ਮੈਂ ਕਹਿੰਦਾ ਮੇਰੇ 'ਤੇ ਨਾ ਛੱਡੋ, ਆਪ ਪੜ੍ਹੋ। ਇੱਕ ਐਸਾ ਵਿਚਾਰੀ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਕਾਬਲੇ 'ਤੇ ਬਰਾਬਰ ਪ੍ਰਕਾਸ਼ ਕਰ ਦਿੱਤਾ ਜਾਏ, ਉਹਦੇ 'ਤੇ ਚੌਰ ਵੀ ਉਵੇਂ ਚੱਲਣ ਚੁੱਲਣ, ਉਹਦੇ 'ਤੇ ਹੁਕਮਨਾਮੇ ਵੀ ਲੈ ਜਾਣ, ਉਹਦੇ ਅਖੰਡ ਪਾਠ ਵੀ ਚੱਲਣ, ਬਲਕਿ ਇਹ ਸਾਬਤ ਕੀਤਾ ਜਾਏ ਕਿ ਉਹਦੇ ਅਖੰਡ ਪਾਠ ਦੀ ਮਹੱਤਤਾ ਜ਼ਿਆਦਾ ਹੈ। ਅੱਜ ਵੀ ਜਾਓ, ਜੇ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਕਰਾਉਣਾ ਹੋਵੇ ਬੇਟਾ ਥੋੜ੍ਹੀ ਹੈ, ਜੇ ਉਸ ਗ੍ਰੰਥ ਦਾ ਅਖੰਡ ਪੜ੍ਹਗਾ ਬੇਟਾ ਜ਼ਿਆਦਾ, ਇਹ ਸਾਬਤ ਕਰਨ ਲਈ ਕਿ ਇਹਦੀ ਮਹਾਨਤਾ ਜ਼ਿਆਦਾ। ਤਾਂ ਇਸ ਗੁਰੂ ਕੀ ਬੇਅਦਬੀ ਨਹੀਂ, ਇਸ ਲਈ ਸਤਿਗੁਰੂ ਦੀ ਬੇਅਦਬੀ ਸਿੱਖ ਸਹਿ ਨਹੀਂ ਸਕਦਾ, ਸਹਿ ਨਹੀਂ ਸਕਦਾ। ਇਸ ਲਈ ਆਪਣਾ ਰੋਸ ਕੌਮ ਨੂੰ ਜਗਾਉਣ ਲਈ, ਖੜਾ ਕਰਨ ਲਈ ਉਦੋਂ ਇਹ ਬਚਨ ਕੀਤਾ ਸੀ ਵੀ ਜਿੰਨੀ ਦੇਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰੋਂ ਇਹ ਗ੍ਰੰਥ ਨਹੀਂ ਹਟਾਏ ਜਾਂਦੇ, ਕੇਵਲ ਅਤੇ ਕੇਵਲ ਇੱਕੋ ਇੱਕ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਿੱਖੀ ਦੇ ਵਿਹੜੇ 'ਚ ਨਹੀਂ ਹੁੰਦਾ। ਮੈਂ ਕਾਲੇ ਕੱਪੜੇ ਪਾ ਕੇ ਸੰਗਤ ਵਿੱਚ ਹਾਜ਼ਰੀ ਕਰ ਭਰਾਂਗਾ, ਇਸ ਲਈ ਕਿਉਂਕਿ ਸੰਗਤ ਦੀ ਮੌਜੂਦਗੀ ਵਿੱਚ ਇਹ ਯਾਦ ਹਾਨੀ ਬਣੀ ਰਹੇ ਕਿ ਕੁਛ ਅਜੇ ਮੇਰੇ ਵਿਚਾਰਾਂ ਦਾ ਅਧੂਰਾ ਹੈ ਜਿਹੜਾ ਤੁਸਾਂ ਨੇ ਪੂਰਾ ਕਰਨਾ। ਗੁਰੂ ਬਖਸ਼ਿਸ਼ ਕਰੇ, ਤੁਹਾਨੂੰ ਹਿੰਮਤ ਦੇਵੇ, ਤੁਹਾਨੂੰ ਉਹ ਸੋਝੀ ਅਤੇ ਗਿਆਨ ਬਖਸ਼ੇ ਜਿਸ ਨਾਲ ਅਸੀਂ ਕੇਵਲ ਅਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕੋ ਇੱਕ ਗੁਰਿਆਈ ਅਤੇ ਸਿੰਘਾਸਨ ਨੂੰ ਸੰਸਾਰ ਅੰਦਰ ਪ੍ਰਗਟ ਕਰ ਸਕੀਏ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਬਾਬਾ ਜੀ ਹੁਣੀ ਆਉਣ, ਸਿੰਘ ਸਾਹਿਬ ਜੀ ਨੇ ਕਾਲੇ ਬਸਤਰ ਧਾਰਨ ਕੀਤੇ, ਇਹਨਾਂ ਬਲਸੰਡੇ ਵਿੱਚ ਇਹ ਬਚਨ ਕਿਹਾ ਸੀ ਵੀ ਸਵਾਸਾਂ ਦਾ ਕੋਈ ਪਤਾ ਨਹੀਂ ਹੁੰਦਾ, ਜੇ ਮੈਂ ਚੜ੍ਹਾਈ ਕਰ ਜਾਵਾਂ, ਮੇਰੇ ਚੜ੍ਹਾਈ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਕਿਸੇ ਗ੍ਰੰਥ ਦੇ ਜਿਹੜੇ ਪ੍ਰਕਾਸ਼ ਨੇ ਕਈਆਂ ਥਾਵਾਂ ਦੇ ਉੱਤੇ,
ਜੇ ਉਹ ਨਾ ਚੁੱਕੇ ਜਾਣ ਤੇ ਮੇਰਾ ਜਿਹੜਾ ਕਫਨ ਆ ਨਾ ਉਹ ਵੀ ਕਾਲੇ ਰੰਗ ਦਾ ਹੀ ਰੱਖਿਓ, ਚਿੱਟਾ ਨਾ ਪਾਇਓ, ਤਾਂ ਕਿ ਜੇ ਕਿਸੇ ਵੇਲੇ ਪਤਾ ਨਹੀਂ ਕਿੱਥੇ ਚੜ੍ਹਾਈ ਕਰੀਏ, ਕੋਈ ਪਤਾ ਥੋੜ੍ਹਾ ਕਿਆ ਜਾਣਾ ਕਿ ਮਰੇਂਗੇ, ਕੈਸਾ ਮਰਨਾ ਹੋਵੇ, ਤਾਂ ਉੱਥੇ ਕਈ ਵਾਰੀ ਇੰਤਜ਼ਾਮ ਹੀ ਨਹੀਂ ਹੁੰਦਾ। ਇਸ ਲਈ ਮੈਂ ਉਹ ਅੱਜ ਤੋਂ 8 ਸਾਲ ਪਹਿਲਾਂ ਹੀ ਬਣਾ ਕੇ ਆਪਣੇ ਚਾਚੀ 'ਚ ਰੱਖ ਲਿਆ ਸੀ, ਜਿੱਥੇ ਵੀ ਹੋਵੇ ਉਹ ਕਫਨ ਮੇਰੇ ਨਾਲ ਹੀ ਹੋਵੇ। ਉਹਦੇ 'ਤੇ ਲਿਖ ਵੀ ਦਿੱਤਾ ਸੀ, ਉਹਦੇ 'ਤੇ ਕਢਾਈ ਕਰਕੇ ਲਿਖਿਆ ਹੋਇਆ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਅੰਦਰਿਆ। ਬੋਲੇ ਸੋ ਨਿਹਾਲ। ਅੱਜ ਤੋਂ 8 ਸਾਲ ਪਹਿਲਾਂ ਸਤਿ ਸ਼੍ਰੀ ਅਕਾਲ ਸਿੰਘ ਸਾਹਿਬ ਜੀ ਨੇ ਆਪਣਾ ਕਫਨ ਤਿਆਰ ਕਰਕੇ ਉਹਦੇ 'ਤੇ 2 ਪੰਕਤੀਆਂ ਲਿਖੀਆਂ ਨੇ, ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਹ ਕਹਿੰਦੇ ਆ ਵੀ ਸਿੰਘ ਸਾਹਿਬ ਕਈ ਲੱਖ ਕਿਲੋਮੀਟਰ ਦਾ ਸਫ਼ਰ ਕਰਦੇ ਆ ਇੱਕ ਸਾਲ ਵਿੱਚ, ਅਤੇ ਹੁਣ ਇਹਨਾਂ ਨੇ ਗਰਮੀਆਂ 'ਚ ਫਿਰ ਕੈਨੇਡਾ ਪਰਤ ਜਾਣਾ ਹੈ, ਅਤੇ ਉਹ ਸਿੰਘ ਸਾਹਿਬ ਆਪਣਾ ਕਫਨ ਆਪਣੇ ਅਟੈਚੀ ਵਿੱਚ ਜਿੱਥੇ ਵੀ ਜਾਣ, ਦੇਸ਼ ਵਿਦੇਸ਼ ਪ੍ਰਦੇਸ਼, ਉੱਥੇ ਨਾਲ ਲੈ ਕੇ ਜਾਂਦੇ ਆ ਵੀ ਮੇਰੇ ਤੋਂ ਬਾਅਦ ਸਿੱਖਾਂ ਨੂੰ ਇੰਨਾ ਚੇਤਾ ਰਹਿ ਜੇ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ, ਗੁਰੂ ਮਹਾਰਾਜ ਕਿਰਪਾ ਕਰੇ ਸੱਚਾ ਪਾਤਸ਼ਾਹ। ਬਹੁਤ ਸਾਰੇ ਭੁਲੇਖੇ ਪੰਥ ਵਿੱਚ ਆ ਹੌਲੀ ਹੌਲੀ, ਜਿਸ ਤਰ੍ਹਾਂ ਕਾਫੀ ਭੁਲੇਖੇ ਪਹਿਲਾਂ ਨਿਕਲ ਚੁੱਕੇ ਆ, ਇਹ ਵੀ ਨਿਕਲ ਜਾਣਗੇ ਗੁਰੂ ਕਿਰਪਾ ਕਰੂਗਾ। ਕਈ ਗੱਲਾਂ ਪਹਿਲਾਂ ਸਾਨੂੰ ਅਟਪਟੀਆਂ ਲੱਗਦੀਆਂ ਨੇ, ਪਰ ਜਦੋਂ ਅਸੀਂ ਵਿਚਾਰ ਵਿੱਚ ਉਤਰਦੇ ਹਾਂ ਫਿਰ ਸਾਨੂੰ ਪਤਾ ਲੱਗ ਜਾਂਦਾ ਹੈ। ਗੁਰੂ ਮਹਾਰਾਜ ਇਹਨਾਂ ਦੀ ਦੇਹ ਅਰੋਗਤਾ ਬਖਸ਼ਿਸ਼ ਕਰਨ, ਬਾਬਾ ਜੀ ਹੁਣੀ 2 ਬਚਨ ਕਰਨਗੇ, ਫਿਰ ਆਨੰਦ ਸਾਹਿਬ ਪੜ੍ਹ ਕੇ ਸਮਾਪਤੀ ਹੈ। ਭਾਈ ਮੱਖਣ ਸਿੰਘ ਜੀ ਜਿਹੜੇ ਪ੍ਰੋਫੈਸਰ ਸਾਹਿਬ ਦੇ ਬਹੁਤ ਦੀਵਾਨੇ, ਅਤੇ ਆਪਣੇ ਨਗਰ ਤੋਂ ਸਪੀਕਰ ਦੇ ਰਾਹੀਂ ਪ੍ਰੋਫੈਸਰ ਸਾਹਿਬ ਦੀਆਂ ਅੰਮ੍ਰਿਤ ਵੇਲੇ ਕੈਸਟਾਂ ਸੁਣਾਉਂਦੇ ਆ ਸਾਨੂੰ, ਉਹ ਭਾਈ ਮੱਖਣ ਸਿੰਘ ਜੀ ਆਨੰਦ ਸਾਹਿਬ ਜੀ ਦਾ ਪਾਠ ਕਰਨਗੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਵਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ, ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਕਰਦਾਂ ਤੇਰੇ ਸਭ ਕਿਸ਼ੈ ਜਿਸ ਦੇ ਸੋ ਪਾਵੇ, ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆਂ, ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ, ਅਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣਦੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ, ਸੁਣਦੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।